ਸੋਹਣਾ, ਉਹਨਾਂ ਨੂੰ ਘਰੇ ਲਿਆਂਦਾ, ਘਰੇ ਲਿਆ ਕੇ ਅਖੰਡ ਪਾਠ ਸਮਾਗਮ ਹੋਇਆ ਅਤੇ ਫਿਰ ਉਹਨਾਂ ਨੇ ਮੇਰੇ ਨਾਨਾ ਜੀ ਨੂੰ ਥਾਪੀ ਦਿੱਤੀ। ਕਹਿੰਦੇ ਬਾਈ ਤੂੰ ਤਾਂ ਬਚਪਨ ਤੋਂ ਕਿਹੜਾ ਹੈਗਾ ਹੈ, ਗੁਰੂ ਦੀ ਬਖਸ਼ ਤੇਰੇ ਜਤੀ ਸਕੀ ਹੈ ਤੂੰ ਇਹ ਨਾ, ਕਿਉਂ ਮੇਰੀ ਮਾਤਾ ਜੀ ਦੇ ਆਨੰਦ ਕਾਰਜ ਤਾਂ ਬਾਅਦ 'ਚ ਹੋਏ, ਉਹ ਪਹਿਲਾਂ ਚੜ੍ਹਾਈ ਕਰਕੇ। ਨਾਨਾ ਜੀ ਸੁੰਦਰ ਸੋਹਣੀ ਉਹਨਾਂ ਦੀ ਗੱਲ ਮੈਂ ਦੱਸਦਾ, ਉਹ ਬੇਬੀ ਜੀ ਦੱਸਦੀ ਹੁੰਦੀ ਵੀ ਇਸ ਤਰ੍ਹਾਂ ਦਾ ਕਰਕੇ ਉੱਥੋਂ ਫਿਰ ਮੇਰਾ ਪਿੰਡ ਫੁਰਵਾਲੀ ਹੈ। ਫੁਰਵਾਲੀ ਗੁਰੂ ਦੀ ਕਿਰਪਾ ਨਾਲ ਮੈਂ ਤੁਹਾਨੂੰ ਬੇਨਤੀ ਕਰ ਹੀ ਚੁੱਕਿਆ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਹਿਲਾਂ 2 ਸਾਲ ਪਹਿਲਾਂ ਮੈਂ ਕਹਿਣਾ ਉਹ 2 ਸਾਲ ਮੈਂ ਖਰਾਬ ਕਰ ਲਏ, ਕਿਉਂ ਮੈਂ ਕਲਾਸ ਵਿੱਚ ਲੰਬਾ ਸੀ ਅਤੇ ਦੂਸਰੇ ਪੱਖ 'ਤੇ ਜਦੋਂ ਫਿਰ ਭਾਈ ਅੰਬਰ ਦੀ ਦਾਤ ਮਿਲ ਗਈ ਫਿਰ ਮੇਰੇ ਮਨ 'ਚ ਇਹ ਆ ਗਿਆ ਵੀ ਤੇਰੇ ਤਾਂ ਲੇਖੇ ਅੰਦਰ ਹੀ 2 ਸਾਲ ਨੇ, ਬਾਕੀ ਤਾਂ ਚੱਖਣਾ ਝਾਕ ਹੀ ਹੈ, ਪੜ ਪੜ ਗੱਡੀ ਲੱਦੀਏ ਵੀ ਉਹ ਸਾਰਾ ਆਸਾ ਕੀ ਵਾਰ ਵਿੱਚ ਆਉਂਦਾ, ਚੱਖਣਾ ਝਾਕ ਹੀ ਹੈ ਵੀ ਬਾਕੀ ਜੇ ਬਾਣੀ ਨਹੀਂ ਹੈਗੀ ਤਾਂ ਕੀ ਹੈ। ਪਹਿਲਾਂ ਜਿਹੜਾ ਮੈਂ ਆਪਦੀ ਜਵਾਨ ਨਾਲ ਕਹਿੰਦਾ ਸੀ ਮੈਂ 2 ਸਾਲ ਖਰਾਬ ਕਰ ਲਏ ਗੁਰਦੁਆਰੇ ਸਾਹਿਬ, ਫਿਰ ਜਦੋਂ ਭਾਈ ਅੰਬਰ ਦੀ ਰਾਤ ਮਿਲ ਗਈ ਗੁਰਸਿੱਖੀ ਫਿਰ ਇਹ ਗੱਲ ਆ ਗਈ ਵੀ ਬਾਣੀ ਨੇ ਉਹ ਬਖਸ਼ ਕਰੀ ਹੈ ਕਿਹੜੀ ਕੋਈ ਅੰਤ ਹੀ ਨਹੀਂ ਕਿਸੇ ਤਰ੍ਹਾਂ ਦਾ, ਬਾਕੀ ਤਾਂ ਕਿਹੜੀ ਪੜ੍ਹਾਈ ਹੈ, ਇਹ ਤਾਂ ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ ਪੜ੍ਹੀਏ ਜੇ ਅਤੇ ਬਹੁਤ ਕੁਝ ਹੈਗਾ ਵੀ ਇਹਦੇ ਨਾਲ ਜੇ ਇਹ ਹੈਗੀ ਹੈ ਤਾਂ ਸਾਰਾ ਕੁਝ ਪੱਲੇ ਆ। ਇੱਕ ਤੁਹਾਨੂੰ ਮੈਂ ਫਰੀਦਕੋਟ ਕੋਰਸ ਕਰਿਆ ਉੱਥੇ ਦੀ ਗੱਲ ਦੱਸਣ ਲੱਗਿਆ, ਉੱਥੇ ਇੱਕ ਰਾਜੇ ਦਾ ਮਹਿਲ ਸੀ ਉਹਦੇ 'ਚ ਗੁਰਦੁਆਰਾ ਸਾਹਿਬ ਸੀ, ਉਹ ਮੇਰੇ ਹੁਣ ਸਾਈ ਗੱਲ ਭੁੱਲਦੀ। ਉੱਥੇ ਫਿਰ ਉਹ ਕੋਈ ਵਕੀਲ ਸੀ ਉਹ ਬੋਲਿਆ ਗੁਰਸਿੱਖ, ਉਹਦੇ ਕਿਹੜੇ ਬਚਨ ਨੇ ਉਹ ਧਿਆਨ ਨਾਲ ਤੁਸੀਂ ਸੁਣਿਆ। ਉਹ ਕਹਿੰਦੇ ਭਾਈ ਤੁਸੀਂ ਬਾਹਰ ਅੰਦਰ ਜਾਓ, ਸਾਰੇ ਮੁਲਕਾਂ 'ਚ ਜਾਓ, ਜਿੱਥੇ ਵੀ ਜਾਓ ਤੁਹਾਡੇ ਨਾਲ 2 ਗੱਲਾਂ ਜਾਣੀਆਂ ਚਾਹੀਦੀਆਂ ਨੇ, ਇੱਕ ਬਾਣੀ ਦੂਜਾ ਬਾਣਾ, ਵੀ ਇਹ ਹੋਵੇ। ਪਰ ਜੇ ਤੁਸੀਂ ਇਹ ਗੱਲ ਚਲੀ ਗਈ ਹੱਥੋਂ ਫਿਰ ਪੱਲੇ ਕੁਝ ਵੀ ਨਹੀਂ ਹੈਗਾ। 2 ਗੱਲਾਂ ਉਹਨਾਂ ਨੇ ਦੱਸੀਆਂ ਬੜੇ ਲੰਬਾਈ ਨਾਲ ਵੀ ਬਾਣਾ ਅਤੇ ਬਾਣੀ ਤੁਹਾਡੇ ਨਾਲ ਜਾਵੇ, ਬਣੋ ਵਕੀਲ, ਬਣੋ ਡਾਕਟਰ, ਜੋ ਕੁਝ ਵੀ ਹੈਗਾ ਅੰਬੈਸਡਰ, ਬੜੇ ਤੋਂ ਬੜੇ ਬਣੋ, ਪਰ 2 ਗੱਲਾਂ ਤੁਹਾਡੇ ਨਾਲ ਹੋਣੀਆਂ ਚਾਹੀਦੀਆਂ ਨੇ। ਫਰੀਦਕੋਟ ਦੀ ਗੱਲ 1951-52 ਦੀ ਜਦੋਂ ਕੋਰਸ ਕਰਿਆ ਉੱਥੇ ਮੇਰੇ ਹੁਣ ਤੱਕ ਯਾਦ ਆ ਉਹਨੇ ਜਿਹੜਾ ਬੋਲਿਆ ਸੀ ਗੁਰੂ ਦੀ ਕਿਰਪਾ ਦੇ ਨਾਲ ਵੀ ਇਸ ਤਰ੍ਹਾਂ ਦਾ। ਭਾਈ ਗੁਰਸਿੱਖ ਲਈ ਇਹੀ ਹੈ ਵੀ ਸੱਚੇ ਪਾਤਸ਼ਾਹ ਆਉਂਦਾ ਨਾ, ਇਹਨੀ ਹੀ ਕੋ ਦਿਓ ਆਓ ਕੋ ਦਾਨ ਨਾ ਲਾਗਤ ਹੈ ਨੀਕੋ। ਹੁਣ ਕਿਹੜਾ ਉਹ ਟਰੱਸਟ ਦਾ ਕਿਹੜਾ ਫੁਰਵਾਲੀ ਆਰੰਭ ਕਰਾਇਆ ਗੁਰੂ ਦੀ ਕਿਰਪਾ ਨਾਲ, ਉਹਦੇ ਵਿੱਚ ਮੈਨੂੰ 1-2 ਨੇ ਰਾਏ ਦਿੱਤੀ, ਕਹਿੰਦੇ ਜੀ ਤੁਸੀਂ ਥੋੜ੍ਹਾ ਜਿਹਾ ਉਹਦਾ ਸੁਧਾਰ ਇਹ ਕਰੋ ਵੀ ਕਿਹੜੇ ਹੈਗੇ ਨੇ ਅੰਮ੍ਰਿਤਧਾਰੀ ਮਹਾ ਨਿੱਕੀਆਂ ਜਿੰਦਾਂ ਵੱਡੇ ਸਾਕੇ। ਸੱਚੇ ਪਾਤਸ਼ਾਹ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਕਿੰਨੀ ਉਮਰ ਸੀ? 7 ਤੇ 9 ਦੇ ਲਗਭਗ। ਕਹਿੰਦੇ ਤੁਸੀਂ ਵੀ ਇਹ ਕਿਹੜਾ ਹੈਗਾ ਵੀ ਅੰਮ੍ਰਿਤ ਛਕਣ ਦੀ ਕਿਹੜੀ ਹੈ ਕੰਡੀਸ਼ਨ? ਇੱਕ ਵਾਰੀ ਉਹਨਾਂ ਨੇ ਭਾਈ ਇੱਕ ਬੱਚੇ ਕੀਰਤਨ ਕਰਨ ਲੱਗ ਗਈਆਂ ਲੜਕੀਆਂ ਲੁਧਿਆਣੇ ਤੋਂ, ਅਤੇ ਉਹਨਾਂ ਦੇ ਭਾਈ ਭਰਮੋਟੇ ਆਹ, ਅਤੇ ਉਹਨਾਂ ਨੂੰ ਉਦੋਂ ਹੀ ਉੱਥੋਂ ਰਿਜੈਕਟ ਕਰਤਾ, ਕੱਢਤਾ। ਅਤੇ ਮੇਰੇ ਕੋਲ ਫਿਰ ਸਮੂਸੋਂ ਲੱਗ ਗਏ ਜਾਂ ਹੋਰ, ਕਹਿੰਦੇ ਤੁਸੀਂ ਬਾਹਲੀ ਸਖਤ ਮਹਾਜ ਨਹੀਂ, ਜਦੋਂ ਇਸ ਤਰ੍ਹਾਂ ਦਾ ਹੈਗਾ। ਇੱਕ ਰੋਮ ਵੀ ਉਹ ਇੱਕ ਥਾਂ ਮੈਂ ਪੜ੍ਹਿਆ, ਤੁਸੀਂ ਵੀ ਸੁਣਿਆ ਹੋਵੇ ਗੱਲ ਵੀ ਸੱਚੇ ਪਾਤਸ਼ਾਹ ਨੇ ਇੱਕ ਵਾਰੀ ਕੋਈ ਸਿੰਘ ਸੀ ਉਹਦੇ ਹੀਰਾ ਆ ਗਿਆ, ਇੱਕ ਹੀਰਾ ਮਤਲਬ ਉਹ ਚਿੱਟਾ ਹੋ ਗਿਆ, ਉਹਨੇ ਖਿੱਚਤਾ, ਉਹ ਖਿੱਚਿਆ ਜਿਸ ਵੇਲੇ ਫਿਰ ਸੱਚੇ ਪਾਤਸ਼ਾਹ ਕੋਲ ਆਇਆ ਫਤਿਹ ਬੁਲਾਈ, ਅਤੇ ਸੱਚੇ ਪਾਤਸ਼ਾਹ ਨੇ ਦਸ਼ਮੇਸ਼ ਪਿਤਾ ਘੱਟ ਘੱਟ ਕੇ ਪਟ ਪਟ ਕੇ ਜਾਣਨ ਹਾਰ, ਅਤੇ ਉਹਨਾਂ ਨੇ ਪਿੱਠ ਕਰ ਲਈ ਦੂਜੇ ਪਾਸੇ ਹੋ ਜਾਣ, ਫਿਰ ਪੈਰੀਂ ਡਿੱਗ ਪਿਆ। ਕਹਿੰਦੇ ਜਾ ਪਹਿਲਾਂ ਅੰਮ੍ਰਿਤ ਛੱਕ ਆ, ਇੱਕ ਰੋਮ ਲਾਹਿਆ, ਹੁਣ ਕਿਹੜੇ ਭਾਈ ਭਰਮੱਟੇ ਸੁਆਖੇ ਊਟ ਪਟਾਂਗ ਗੁਰਸਿੱਖੀ ਨੂੰ ਆਉਂਦਾ ਨਾ ਬਾਣੀ 'ਚ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਪੈਣੇ। ਜੇ ਸਿੱਖੀ ਪੱਲੇ ਹੈਗੀ ਆ ਤਾਂ ਸਭ ਕੁਝ ਹੀ ਹੈ, ਬਾਕੀਆਂ ਚੀਜ਼ਾਂ ਥਾਂ ਥਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜ੍ਹਦੇ ਹਾਂ ਜਿਹਨੂੰ ਸੱਚੇ ਪਾਤਸ਼ਾਹ ਨੇ ਸਿੱਖੀ ਬਖਸ਼ਤੀ ਉਹ ਤਾਂ ਸਰਦਾਰੀ ਦੇਤੀ। ਅਤੇ ਕਿਤੇ ਵੀ ਹੁਣ ਗੱਡੀ ਵਿੱਚ ਜਾਂ ਕਿਤੇ ਵੀ ਬੰਦਾ ਸਫ਼ਰ ਕਰਦਾ ਉਹਦੇ 'ਤੇ ਰਹਿਤ ਬਹਿਤ ਹੈ, ਤਾਂ ਅਗਲਾ ਦੂਜਾ ਕੋਈ ਵੀ ਹੈਗਾ ਸਾਰਾ ਵਰਲਡ ਵਿੱਚ ਹੁਣ ਸਿੱਖੀ ਨੂੰ ਜਾਣਦੇ ਨੇ, ਉਹ ਕਹਿੰਦੇ ਅਗਲਾ ਕਹਿੰਦਾ ਸਰਦਾਰ ਜੀ ਇੱਧਰ ਹੋ, ਸੱਚੇ ਪਾਤਸ਼ਾਹ ਨੇ ਸਰਦਾਰੀ ਬਖਸ਼ੀ। ਸੱਚੇ ਪਾਤਸ਼ਾਹ ਨੇ ਕਰੀ ਨਹੀਂ ਸੀ ਖੇਡ, ਜਿਸ ਵੇਲੇ 9ਵੇਂ ਪਾਤਸ਼ਾਹ ਨੇ ਦਿੱਲੀ ਵਿੱਚ ਬਖਸ਼ਿਸ਼ ਕੀਤੀ ਅਤੇ ਬਾਕੀ ਤਿਲਕ ਜੰਜੂ ਰਾਖਾ ਪ੍ਰਭਤ ਆਖਾ, ਅਤੇ ਉਹ ਤੁਹਾਨੂੰ ਪਤਾ ਹੀ ਹੈ ਵੀ ਪੰਡਿਤ ਆਏ ਇਕੱਠੇ ਹੋ ਕੇ, ਅਤੇ ਫਿਰ ਉਹ ਸੱਚੇ ਪਾਤਸ਼ਾਹ ਦੇ ਸਮੇਂ ਪਿਤਾ ਤਾਂ ਉਹਨੂੰ 9 ਸਾਲ ਦੇ ਸੀ। ਜਦੋਂ ਇਹ ਕਿਹਾ ਵੀ ਐਂ ਕਰਕੇ ਭਾਈ ਇਹਨਾਂ ਦਾ ਖਤਰਾ ਕੋਈ ਮਹਾਂਬਲੀ ਹੋਵੇ, ਫਿਰ ਦਸ਼ਮੇਸ਼ ਪਿਤਾ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ, ਕਹਿੰਦੇ ਤੁਹਾਡੇ ਨਾਲੋਂ ਵੱਡਾ ਕੌਣ ਹੈ? ਫਿਰ ਜਾ ਕੇ ਦੇਖ ਲਓ ਤੁਸੀਂ ਉੱਥੇ ਸੱਚੇ ਪਾਤਸ਼ਾਹ ਨੇ ਸ਼ਹੀਦੀ ਦਿੱਤੀ।
ਦਿੱਲੀ ਅਤੇ ਬਾਕੀ ਉਹਦੇ ਵਿੱਚ ਫਿਰ ਕਿੱਡੀ ਵੱਡੀ ਖੇਡ ਕਰੀ ਅਤੇ ਫਿਰ ਸੱਚੇ ਪਾਤਸ਼ਾਹ ਨੇ ਕਿਹਾ ਉੱਥੇ ਦਸਮੇਸ਼ ਪਿਤਾ ਜੀ ਨੇ ਵੀ ਮੈਂ ਐਸੀ ਖੇਡ ਬਣਾਊਂ ਕੁੱਲ ਦੁਨੀਆ ਵਿੱਚ ਕਿਹੜਾ ਸਰਦਾਰੀ ਹੈ ਇਹ ਪ੍ਰਗਟ ਹੋਊ, ਕੋਈ ਐਸਾ ਨਹੀਂ ਕਰੂ, ਅਤੇ ਵੱਖਰੀ ਗੱਲ ਤਾਂ ਕੋਈ ਹੈ ਨਹੀਂ। ਸੱਚੇ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਲਾਤਾਰ ਆਪ ਪਰਵਰਿਓ, ਪਰਮੇਸ਼ੁਰ ਦਾ ਰੂਪ ਆਪ ਨਾਰਾਇਣ ਕਲਾ ਅਤੇ ਆਪ ਆਏ ਹੋ, ਆ ਕੇ ਉਹਨਾਂ ਨੇ ਸਾਰੇ ਜਾਮਿਆਂ 'ਚ ਕੋਈ ਰੂਪ ਸੀ ਕੋਈ ਖੇਡ ਸੀ ਕੀਤੀ, ਅਤੇ ਬਾਕੀ ਦਸਵੇਂ 'ਚ ਆ ਕੇ ਤਾਂ ਫਿਰ ਭਾਈ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਗੁਰਸਿੱਖੀ ਬਖਸ਼ਤੀ, ਪੰਜਾਂ ਪੈਰਾਂ ਦੇ ਸੀਸ ਲਏ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਪੰਜਾਂ ਦੇ ਸੀਸ ਲਏ ਅਤੇ ਫਿਰ ਇੱਕ ਉਹ ਲਾਇਬ੍ਰੇਰੀ 'ਚੋਂ ਕਿਸੇ ਨੇ ਦੂਜੇ ਨੇ ਲਿਖਿਆ ਕਿਹੜਾ ਉਹ ਜਜੂਸ ਆਇਆ ਸੀ, ਉਹਨੇ ਕਿਹਾ ਕਹਿੰਦਾ ਨਹੀਂ, ਕਿਹੜੇ ਕਹਿੰਦੇ ਨੇ ਤੰਬੂ ਵਿੱਚ ਲਿਜਾ ਕੇ, ਕਹਿੰਦੇ ਨਹੀਂ ਉਹਦੀ ਲਿਖਤ ਹੈ, ਇਹ ਲਿਖਤ ਵੀ ਆਈ ਸੀ ਮੈਂ ਪੜ੍ਹੀ ਹੈ ਇੱਕ ਵਾਰੀ, ਬਈ ਉੱਥੇ ਸੱਚੇ ਪਾਤਸ਼ਾਹ ਖੇਡ ਕੀ ਕਰਦੇ ਸੀ, ਸਾਰੀ ਸੰਗਤ ਦੇ ਵਿੱਚ ਉਹਦਾ ਸੀਸ ਲੈ ਕੇ ਉੱਪਰ ਚਾਦਰਾ ਪਾ ਦੇਣਾ। ਉੱਥੇ ਜਦੋਂ ਇਹ ਹੋਇਆ ਮਾਤਾ ਜੀ ਕੋਲ ਵੀ ਚਲੇ ਗਏ ਵਿੱਚ ਕਿਹੜੇ ਢਿੱਲੇ ਮਿੱਟਦੇ ਸੀ, ਉਹ ਜਾ ਕੇ ਸ਼ਿਕਾਇਤ ਕਰੀ ਵੀ ਐਂ ਕਰਕੇ ਜੀ ਸਿੱਖਾਂ ਨੂੰ ਵੱਢੀ ਜਾਂਦੇ ਨੇ, ਉਹ ਕਹਿੰਦੇ ਵੀ ਮਾਤਾ ਜੀ ਨੇ ਕਿਹਾ ਵੀ ਉਹਦੀ ਖੇਡ ਉਹ ਆਪ ਹੀ ਜਾਣਦਾ। ਚਲੋ ਫਿਰ ਪੰਜਾਂ ਦੇ ਸੀਸ ਲਏ, ਸੀਸ ਲੈ ਕੇ ਉਦੋਂ ਬਾਅਦ ਫਿਰ ਉੱਥੇ ਗੁਰੂ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪੰਜਾਂ ਬਾਣੀਆਂ ਦਾ ਪਾਠ ਕਰਿਆ। ਜਿਸ ਵੇਲੇ ਅੰਮ੍ਰਿਤ ਦੀ ਦਾਤ ਉਹਦੇ ਕਹਿੰਦੇ ਮੋਢੇ 'ਚ ਪਾਉਣਾ ਹੱਥ ਅਤੇ ਉਹਨੂੰ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ, ਉਹ ਉਹਨੇ ਜਿਉਂਦਾ ਹੋ ਜਾਣਾ। ਅਤੇ ਉਸ ਤਰ੍ਹਾਂ ਫਿਰ ਪੰਜਾਂ ਦੇ ਸੀਸ ਲਏ। ਉਦੋਂ ਬਾਅਦ ਫਿਰ ਭਾਈ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪੰਜਾਂ ਦੇ ਸੀਸ ਲੈ ਕੇ ਸੱਚੇ ਪਾਤਸ਼ਾਹ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਫਿਰ ਸੱਚੇ ਪਾਤਸ਼ਾਹ ਨੇ ਵੀ ਹੱਥ ਜੋੜਤੇ, ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ, ਵੀ ਮੇਰੇ 'ਤੇ ਵੀ ਬਖਸ਼ ਕਰੋ। ਪਹਿਲਾਂ ਤੁਹਾਨੂੰ ਪਤਾ ਹੀ ਹੈ ਸੱਚੇ ਪਾਤਸ਼ਾਹ ਦਾ ਨਾਂ ਕੀ ਸੀ, ਗੋਬਿੰਦ ਰਾਏ, ਵੀ ਮੈਨੂੰ ਵੀ ਸਿੰਘ ਬਣਾ ਦਿਓ। ਅਤੇ ਫਿਰ ਉਹ ਭਾਈ ਦਿਆ ਸਿੰਘ ਧਰਮ ਸਿੰਘ ਉਹਨਾਂ ਵਿੱਚੋਂ ਬੋਲੇ, ਕਹਿੰਦੇ ਸੱਚਿਆ ਪਾਤਸ਼ਾਹ ਸੀਸ ਦਿੱਤੇ ਨੇ, ਤੁਸੀਂ ਕੀ ਦੇਵੋਂਗੇ? ਅਤੇ ਦਸ਼ਮੇਸ਼ ਪਿਤਾ ਜੀ ਨੇ ਕੀ ਫਿਰ ਕਿਹਾ, ਕਹਿੰਦੇ ਮੈਂ ਸਾਰਾ ਸਰਬੰਸ ਭੇਟ ਕਰ ਦੂੰ, ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ ਦਿਓ। ਫਿਰ ਸੱਚੇ ਪਾਤਸ਼ਾਹ ਨੂੰ ਪਾਈ ਐਡੀ ਵੱਡੀ ਖੇਲ ਹੈ, ਉਸ ਅੰਮ੍ਰਿਤ ਦੀ ਦਾਤ ਤੋਂ ਅਸੀਂ ਢਿੱਲੇ ਹੋਈਏ, ਅਤੇ ਬਾਕੀ ਕਿਵੇਂ ਲਹਿਰ ਨਸ਼ੇ ਵਿਕਾਰ ਹੁਣ ਥਾਂ ਥਾਂ ਬਾਣੀ ਵਿੱਚ ਆਉਂਦਾ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਹੋਏ, ਆਪਣਾ ਪਰਾਇਆ ਨਾ ਪਛਾਣੇ, ਖਸਮ ਧੱਕੇ ਖਾਏ। ਵੀ ਉਹ ਇਸ ਤਰ੍ਹਾਂ ਦਾ ਭਾਈ ਜਿਹਨੂੰ ਅੰਬਰ ਦੀ ਦਾਤ ਦਾਤਾ ਦਾਤਾ ਰੱਖੀ ਹੱਥ, ਸਭ ਤੋਂ ਵੱਡੇ ਭਾਗ ਉਹਨਾਂ ਦੇ ਨੇ ਜਿਹੜੇ ਭਾਈ ਗੁਰੂ ਵਾਲੇ ਬਣ ਕੇ ਚੱਲਦੇ ਨੇ, ਗੁਰੂ ਅੰਗ ਸੰਗਾ ਨਾਲ ਨਾਰਾਇਣ ਮੇਰਾ ਹੈ ਜਮਦੂਤ ਨਾਵੈ ਨੇਰੇ, ਨਾਲ ਸੱਚੇ ਪਾਤਸ਼ਾਹ ਨੇ ਭਾਈ ਸਿਮਰਨ ਬਾਣੀ ਨੇ ਜਾਣਾ, ਹੇ ਸੋਹਣੇ ਬਣ ਜਾਓ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਅਤੇ ਇਸ ਤਰ੍ਹਾਂ ਦੇ ਥਾਂ ਥਾਂ ਬਾਣੀ ਦਾ ਖਰੇ ਨੂੰ ਜਗਾਉਂਦਾ ਵੀ ਤੂੰ ਕੀ ਆ, ਤੇਰੇ ਨਾਲ ਕੀ ਜਾਣਾ, ਸੋਹਣੇ ਕੌਣ ਨੇ? ਅਤੇ ਬਾਕੀ ਭਾਈ ਜਿੱਥੇ ਗੁਰਸਿੱਖੀ ਨਹੀਂ ਉੱਥੇ ਤਾਂ ਭੂਤ ਹੀ ਵੱਸਦੇ ਨੇ, ਮਰ ਹਟ ਸਾਰ ਕੇ ਭੂਤ ਵਸੇ ਤਿੰਨ ਮਾਹੇ, ਬਾਣੀ 'ਚ ਇਸ ਤਰ੍ਹਾਂ ਆਉਂਦਾ ਵੀ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਆ ਵੀ ਕਿਸੇ ਨੂੰ ਵੀ, ਇਹ ਤਾਂ ਜਿਵੇਂ ਸਕੂਲ 'ਚ ਬੱਚਾ ਜਾ ਕੇ ਹਾਜ਼ਰ ਹੁੰਦਾ ਹੈ ਅਤੇ ਉਹਦਾ ਨਵਾਂ ਦਾਖਲ ਹੁੰਦਾ ਅਤੇ ਫਿਰ ਉਹ ਸਟੂਡੈਂਟ ਬਣ ਜਾਂਦਾ, ਇਹ ਸਿੱਖੀ ਦੇ ਵਿੱਚ ਤਾਂ ਭਾਈ ਅੰਮ੍ਰਿਤ ਛਕ ਕੇ ਹਾਜ਼ਰ ਹੋਣਾ, ਸਿੱਖੀ 'ਚ ਪ੍ਰਵੇਸ਼ ਹੋਣਾ, ਪ੍ਰਵੇਸ਼ ਹੋ ਕੇ ਅੱਗੇ ਤਾਂ ਫਿਰ ਖੇਡਾਂ ਬਹੁਤ ਵੱਡੀਆਂ ਨੇ ਕਿਹੜੀਆਂ ਹੈਗੀਆਂ ਨੇ, ਸਾਰੀ ਜ਼ਿੰਦਗੀ ਵਿੱਚ ਪਤਾ ਨਹੀਂ ਗੁਰੂ ਨੇ ਕਿਵੇਂ ਇਹ ਪਿਰਮ ਪਹਿਲਾ ਖਸਮ ਕਾ ਜਿਹਾ ਭਾਵ ਹੈ ਤਿਆ ਦੇ ਜਿਹਦੇ 'ਤੇ ਭਾਈ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਤੀ, ਫਿਰ ਇਸ ਪਾਸੇ ਤੁਰ ਪਿਆ ਤੁਰਿਆ ਹੋਇਆ। ਕਦੇ ਨਾ ਕਦੇ ਤਾਂ ਸਮਾਂ ਆਊਗਾ ਆਪਦੇ ਚਰਨਾਂ ਵਿੱਚ ਗੁਰੂ ਨਿਵਾਸ, ਸੁਖਨੀ ਸਾਹਿਬ 'ਚ ਆਉਂਦੇ ਨਾ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਜਿਹੜੇ ਉਹਦੇ ਬਣ ਕੇ ਸਕੂਲ ਵਿੱਚ ਇਸ ਚੱਲ ਕੇ ਗੁਰਸਿੱਖੀ ਨੂੰ ਧਾਰਨ ਕਰ ਲਿਆ, ਪੰਜੇ ਕਕਾਰ ਅਤੇ ਪੰਜੇ ਬਾਣੀਆਂ ਦਸਵੰਧ ਜੋ ਕੁਝ ਗੁਰੂ ਦਾ ਹੁਕਮ ਹੈ ਉਹਦੇ 'ਤੇ ਸਿੱਖ ਪਹਿਰਾ ਦਿੰਦਾ ਭਾਈ, ਫਿਰ ਉਹਦਾ ਬਣਦਾ ਉਹਦਾ ਫਿਰ ਆਪੇ ਹੀ ਰੱਖ ਹੈ ਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਸਾਰੀ ਗੁਰੂ ਦੀ ਮਿਹਰ ਹੈ ਭਾਈ। ਕਿਰਪਾਨ ਦੀ ਮਹੱਤਤਾ ਬਾਰੇ ਜੀ, ਹਾਂਜੀ ਕਿਰਪਾਨ ਦੀ ਮਹੱਤਤਾ ਬਾਰੇ ਤੇ ਤੁਸੀਂ ਇੱਕ ਵਾਰੀ ਦੱਸਦੇ ਸੀ ਬਈ ਕਿਰਪਾਨ ਬਾਰੇ। ਸ਼੍ਰੀ ਸਾਹਿਬ ਬਾਰੇ ਤਾਂ ਇਹ ਹੈ ਵੀ ਸੱਚੇ ਪਾਤਸ਼ਾਹ ਨੇ ਖੇਡ ਦੱਸੀ ਹੈ, ਮੇਰੇ ਨਾਲ ਕਿਹੜੀ ਬੀਤੀ ਹੈ ਉਹ ਇੱਕ ਸੁਣ ਲਓ ਤੁਸੀਂ। 1947 ਦੇ ਵਿੱਚ ਆ ਸ਼੍ਰੀ ਸਾਹਿਬ ਦੀ ਤੁਹਾਨੂੰ ਮੈਂ ਆਹ ਬੀਤੀ ਖੇਡ ਦੱਸਣ ਲੱਗਿਆ, ਉਹ ਇਹ ਹੋਏ 1947 ਦੇ ਅਸੀਂ ਸਮਝ ਲਓ ਮੇ ਵਿੱਚ ਅੰਮ੍ਰਿਤ ਛਕ ਲਿਆ ਅਤੇ 47 ਦੇ ਵਿੱਚ ਫਿਰ ਭਾਈ ਪਾਕਿਸਤਾਨ ਬਣ ਗਿਆ ਅਤੇ ਸਾਡਾ ਪਿੰਡ ਫਰਵਾਲੀ ਤੋਂ ਬਈਆ ਵਾਲਾ ਕਿਹੜਾ ਹੈਗਾ ਬਿਸ਼ਨਗੜ੍ਹ 1 ਮੀਲ 'ਤੇ ਹੈ, ਉੱਥੇ ਦਾ ਰਹਿਮਦੀਨ ਜਲਾਹਿਆਂ ਦਾ ਮੁੰਡਾ ਉਹ ਮੇਰਾ
ਮੇਰੇ ਨਾਲ ਪੜ੍ਹਦਾ ਸੀ ਲੋਹਟ ਬੱਧੀ, ਉਹਦੇ 5-7 ਰੁਪਈਏ ਮੇਰੇ ਕੋਲ ਅਮਾਨਤ ਰੱਖੇ ਹੋਏ ਸੀ। ਅਤੇ ਜਿਸ ਵੇਲੇ ਫਿਰ ਇਹ ਹੋਈ, ਤੁਹਾਨੂੰ ਪਤਾ ਹੀ ਹੈ ਵੀ 47 ਵਿੱਚ ਉਧਰੋਂ ਪਹਿਲਾਂ ਕਟਾਬੜੀ ਹੋਈ ਹਿੰਦੂ ਸਿੱਖਾਂ ਦੀ, ਉਹ ਇੱਧਰ ਆਏ, ਫਿਰ ਇੱਧਰ ਵੀ ਕੰਮ ਚੱਲ ਪਿਆ। ਪਰ ਗੁਰੂ ਸੱਚੇ ਪਾਤਸ਼ਾਹ ਨੇ ਮਿਹਰ ਕਰੀ ਹੋਈ ਸੀ ਇੱਥੇ ਸ਼ੇਰ ਮੁਹੰਮਦ 'ਤੇ, ਇਹਨੇ ਹਾਦਾ ਨਾਰਾ ਮਾਰਿਆ ਸੀ ਮਲੇਰਕੋਟਲੇ ਦੀ ਹੱਦ ਵਿੱਚ, ਉਹਦਾ ਜਿੰਨਾ ਪਿੰਡ 100 ਦੇ ਲਗਭਗ ਸੇ ਇੱਕ ਬੱਚਾ ਵੀ ਨਹੀਂ ਮਾਰਿਆ। ਕਿਹੜੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ, ਮੇਰੇ ਮਨ 'ਚ ਇਹ ਗੱਲ ਆਈ ਬਈ ਉਹ ਰਹਿਮਦੀਨ ਦੇ ਜਿਹੜੇ ਪੈਸੇ ਨੇ ਉਹ ਮੈਂ ਦੇ ਆਵਾਂ। ਮੈਂ ਮੇਰੇ ਨਾਲ ਸਾਡੇ ਪਿੰਡ ਇੱਕ ਜੋਰਾ ਸੂ ਲੈ ਲਿਆ, ਇੱਕ ਬੱਚਿਆਂ ਦਾ ਮਤਲਬ ਹੈ ਮਾਮਾ ਸੀ, ਅਸੀਂ 3-4 ਜਾਣੇ 'ਚ ਗਏ ਉਹਨਾਂ ਦੇ ਜਲਾਇਹਾਂ ਦੇ ਘਰ ਉੱਥੇ ਬਈਆ ਵਾਲੇ। ਜਾ ਕੇ ਜਦੋਂ ਉਹਨਾਂ ਦੇ ਘਰ ਗਏ, ਸ੍ਰੀ ਸਾਹਿਬ 'ਤੇ ਮੈਂ ਤੁਹਾਨੂੰ ਦੱਸਦਾ ਵੀ ਕਿਵੇਂ ਬਖਸ਼ਿਸ਼ ਹੁੰਦੀ ਹੈ। ਜਿਸ ਵੇਲੇ ਘਰ ਗਏ ਤਾਂ ਉਹਨਾਂ ਨੂੰ ਕਿਹਾ ਵੀ ਆਹ ਮਹਾਰ ਰਹਿਮਦੀਨ ਦੇ ਪੈਸੇ ਮੇਰੇ ਕੋਲ ਮਾਨਤਾ ਲੈ ਲਓ। ਉਹ ਫੱਤੂ ਜਲਾਹਾ ਉਹਦਾ ਬਾਪ ਸੀ, ਅਤੇ ਰਹਿਮਦੀਨ ਤਾਂ ਇੱਕ ਦਿਨ ਪਹਿਲਾਂ ਮਲੇਰਕੋਟਲੇ ਚਲਿਆ ਗਿਆ ਸੀ, ਅਤੇ ਦੂਸਰੇ ਫਕਤੇ ਉਹ ਕਹਿੰਦਾ ਕਾਕਾ ਤੂੰ ਤਾਂ ਬਹੁਤ ਰਹਿਮ, ਮਤਲਬ ਹੈ ਵੀ ਤੂੰ ਤਾਂ ਬਹੁਤ ਸੱਚਾ ਸੁੱਚਾ ਹੈ, ਅਸੀਂ ਨਹੀਂ ਲੈਣੇ ਪੈਸੇ, ਅਤੇ ਬਾਕੀ ਸਾਨੂੰ ਅੱਜ ਇਹ ਮਾਰ ਦੇਣਗੇ ਜਾਂ ਸਾਡੇ 'ਤੇ ਤਰਸ ਇੱਕ ਕਰ ਦਿਓ ਵੀ ਸਾਨੂੰ ਅੱਜ ਤੁਸੀਂ ਮਲੇਰਕੋਟਲੇ ਦੀ ਹੱਦ 'ਚ ਗਾਹਾਂ ਝਨੇਰ ਪਿੰਡ ਸੀ ਉਹਦੀ ਬਾਉਂਡਰੀ ਸੀ, ਅਤੇ ਉੱਥੇ ਕਿਹੜਾ ਪੈਰ ਧਰਦਾ ਸੀ ਦਸ਼ਮੇਸ਼ ਪਿਤਾ ਜੀ ਦਾ, ਅਗਲਾ ਦੂਜਾ ਕਹਿੰਦਾ ਸੀ, ਲਾਈਨਾਂ ਲੱਗੀਆਂ ਹੁੰਦੀਆਂ ਜਕਾਰੇ ਛੱਡਦੇ ਸੀ ਲੁੱਟਣ ਵਾਲੇ ਅਤੇ ਬਾਕੀ ਮਾਰਨ ਵਾਲੇ, ਜਿਹਨੇ ਪੈਰ ਉੱਧਰ ਤਾਲਾ ਉਹ ਮਲੇਰਕੋਟਲਾ, ਅਤੇ ਉੱਥੇ ਉਹਨਾਂ ਦੀ ਬੱਚਤ ਹੁੰਦੀ ਸੀ। ਅਤੇ ਮੇਰੇ ਹੁਣ ਅੰਮ੍ਰਿਤ ਪਹਿਲਾਂ ਸਕਿਆ ਸੀ ਸ੍ਰੀ ਸਾਹਿਬ ਪਹਿਨੀ ਹੋਈ ਸੀ, ਤਾਂ ਉਹ ਜਦੋਂ ਅਸੀਂ ਗਏ ਉਹ ਕਹਿੰਦੇ ਸਾਡੇ 'ਤੇ ਅੱਜ ਇਹ ਰਹਿਮ ਕਰ ਦਿਓ ਵੀ ਸਾਨੂੰ ਮਲੇਰਕੋਟਲੇ ਦੀ ਬਾਉਂਡਰੀ 'ਚ ਵਾੜ ਦਿਓ। ਜਦੋਂ ਇੰਨੀ ਗੱਲ ਕਹੀ ਕਹਿੰਦੇ ਅਸੀਂ ਪੈਸੇ ਨਹੀਂ ਲੈਣੇ, ਉਹਨਾਂ ਨੇ ਉਹ ਕੈਪਟਨ ਸੀ ਬਾਲੀਵਾਲ ਦਾ, ਅਤੇ ਬਾਕੀ ਉੱਥੇ ਡਿਕਸ਼ਨਰੀਆਂ ਹੋਰ 2-3 ਥੈਲੇ ਭਰਤੇ, ਕਹਿੰਦੇ ਆਹ ਲੈ ਜਾਓ। ਮੈਂ ਕਿਹਾ ਅਸੀਂ ਲੈਣ ਥੋੜ੍ਹੇ ਆਏ ਹਾਂ। ਉਹ ਕਹਿੰਦੇ ਆਏ ਇਹਨਾਂ ਨੂੰ ਅੱਗ ਲਾ ਦੇਣੀ ਹੈ, ਸਾਨੂੰ ਮਾਰ ਦੇਣਗੇ, ਤੇਰੇ ਭਾਈ ਕੰਮ ਆਉਣਗੇ, ਤੂੰ ਉਹਦਾ ਦੋਸਤ ਹੈ ਸਾਡੇ 'ਤੇ ਰਹਿਮ, ਇਹ ਕਰ ਲਓ। ਜਦੋਂ ਇੰਨੀ ਗੱਲ ਕਹੀ ਅਸੀਂ ਉਹਨਾਂ ਨੂੰ ਫਿਰ ਇੱਕੋ ਬੇਨਤੀ ਕਰਦੇ ਵੀ ਤੁਸੀਂ ਜਦੋਂ ਥੋੜ੍ਹਾ ਜਿਹਾ ਹਨੇਰਾ ਹੋ ਜਾਏ 1-1.5 ਘੰਟਾ ਤਿਆਰ ਰਹੋ, ਅਸੀਂ ਆਵਾਂਗੇ ਤੁਹਾਨੂੰ ਕੱਢੇ ਆਵਾਂਗੇ। ਜਦੋਂ ਇੰਨੀ ਗੱਲ ਕਹੀ ਉਹ ਕੁਦਰਤੀ ਦਿਨੇ ਇੱਕ ਕਾਫਲਾ ਆ ਰਿਹਾ ਸੀ, ਉਹਦੇ ਵਿੱਚ ਤੁੰਗਾ ਹੇੜੀ ਕਿਹੜਾ ਪਿੰਡ ਮੇਰੇ ਇਹਨਾਂ ਬੱਚਿਆਂ ਦੇ ਨਾਨਕੇ, ਅਤੇ ਉੱਥੇ 10-12 ਘਰ ਸਿੱਖਾਂ ਦੇ ਸੀ, ਬਾਕੀ ਸਾਰੇ ਮੁਸਲਮਾਨਾਂ ਦੇ ਸੀ। ਉਹ ਕਾਫਲੇ ਦੇ ਵਿੱਚ ਇੱਕ ਬੰਦਾ ਭੱਜ ਕੇ ਉਹ ਮੇਰੇ ਕਿਹੜਾ ਬੱਚਿਆਂ ਦਾ ਮਾਮਾ ਗੁਲਜ਼ਾਰ ਸਿੰਘ ਸੀ ਉਹਦੇ ਕੋਲ ਆ ਗਿਆ, ਰੋਣ ਲੱਗ ਗਿਆ, ਕਹਿੰਦਾ ਮੈਂ ਅੱਖਾਂ ਵਿੱਚ ਰਾਤ ਕੱਟੀ ਆ, ਮੈਂ ਭੁੱਖਾ ਖਾਣਾ। ਕਹਿੰਦੇ ਕੋਈ ਨਾ, ਉਹਨੂੰ ਕਿਹਾ ਵੀ ਤੂੰ ਐਂ ਕਰ ਖੂਹੀ 'ਤੇ ਨਾ ਲਾ, ਫਿਰ ਉਹਨੂੰ ਪ੍ਰਸ਼ਾਦਾ ਛਕਾਇਆ ਮੁਸਲਮਾਨ ਨੂੰ, ਅਤੇ ਦੂਸਰੇ ਪੱਖ 'ਤੇ ਉਹਨੂੰ ਰਾਤ ਨੂੰ ਵੀ ਤੈਨੂੰ ਉੱਧਰ ਛੱਡਿਆਵਾਂਗੇ। ਇੱਕ ਉਹਨੂੰ ਲੈ ਲਿਆ ਗਾਹਾਂ ਜਾ ਕੇ, ਭਾਈ ਅਸੀਂ ਗਏ, ਜਦੋਂ ਗਏ ਉਹ ਤਿਆਰ ਬੈਠੇ ਸੀ। ਉਹਨਾਂ ਨੂੰ ਫਿਰ ਉਹ ਪਰਿਵਾਰ ਸਾਰਾ ਕਿਹੜਾ ਹੈਗਾ ਸੀ ਰਹਿਮਦੀਨ ਦੇ ਮਾਤਾ ਪਿਤਾ ਫੱਤੂ ਗਿਲਾਹਾ, ਅਤੇ ਉਹ ਤਿਆਰ ਬੈਠੇ ਸੀ, ਉਹਨਾਂ ਨੂੰ ਕਿਹਾ ਵੀ ਆ ਜਾਓ। ਉਹ ਆ ਗਏ, ਆ ਕੇ ਫਿਰ ਉਹ ਗੁਲਜ਼ਾਰ ਸਿੰਘ ਕਿਹੜਾ ਮੈਂ ਤਾਂ ਉਦੋਂ ਬੱਚਾ ਹੀ ਸੀ, 9ਵੀਂ 'ਚ ਪੜ੍ਹਦਾ ਸੀ, ਅਤੇ ਉਹ ਕਹਿਣ ਲੱਗਿਆ ਤੁਸੀਂ ਇੱਥੇ ਖੜੋ, ਮੈਂ ਇਹਨਾਂ ਨੂੰ ਅੱਖਾਂ ਵਿੱਚ ਦੀ ਇੱਧਰ ਦੀ ਛੱਡ ਕੇ ਆਉਂਦਾ, ਰਸਤੇ 'ਚ ਮਾਰ ਦੇਣਗੇ। ਉਹ ਉੱਧਰ ਦੀ ਨਗਾਇਆ ਆ, ਜਦੋਂ ਨਗਾਇਆ ਭਾਈ ਫਿਰ ਤੁਹਾਨੂੰ ਮੈਂ ਸ਼੍ਰੀ ਸਾਹਿਬ ਦੀ ਗੱਲ ਦੱਸਣ ਲੱਗਿਆ, ਮਹੱਤਤਾ ਕਿਹੜੀ ਮੇਰੇ ਨਾਲ ਬੀਤੀ। ਜਿਸ ਵੇਲੇ ਫਿਰ ਅਸੀਂ ਉੱਥੇ ਆ ਕੇ ਬਾਹਰ ਖੜ੍ਹੇ ਤਾਂ ਉੱਥੇ ਸਾਡੇ ਪਿੰਡ ਦੇ ਘੁਮਾਰ ਆਸੋ ਸਾਡੀ ਤਾਈ ਲੱਗਦੀ ਸੀ ਮੇਰੀ, ਅਤੇ ਉਹ ਸੁਲੇਮਾਨ ਉਹਦਾ ਪੁੱਤ ਸੀ, ਅਤੇ ਉਹ ਗਧਿਆਂ 'ਤੇ ਸਮਾਨ ਉਹਨਾਂ ਦਾ ਲੱਦਿਆ ਹੋਇਆ। ਉਹ ਕਹਿੰਦੇ ਸਾਨੂੰ ਕਹਿੰਦੇ ਮਲੇਰਕੋਟਲੇ ਦੀ ਹੱਦ 'ਚ ਵਾੜ ਦਿਓ। ਗੁਲਜ਼ਾਰ ਸਿੰਘ ਨੇ ਮੇਰੇ ਰਿਸ਼ਤੇਦਾਰ, ਉਹ ਕਹਿੰਦਾ ਬਈ ਉੱਥੇ ਤਾਂ ਕਹਿੰਦਾ ਹੁਣ ਇੰਨੀਆਂ ਲਾਈਨਾਂ ਲੱਗੀਆਂ ਪਈਆਂ ਨੇ, ਸਾਨੂੰ ਆਪਦਾ ਵੀ ਖਤਰਾ, ਅਸੀਂ ਨਹੀਂ ਛੱਡ ਸਕਦੇ। ਜਦੋਂ ਇੰਨੀ ਗੱਲ ਕਹੀ ਫਿਰ ਉਹ ਕਹਿੰਦੇ ਸਾਨੂੰ ਪਿੰਡ ਹੀ ਲੈ ਚੱਲੋ। ਅਸੀਂ ਕਿਹਾ ਵੀ ਪਿੰਡ ਨੂੰ ਤਾਂ ਅਸੀਂ ਜਾਣਾ ਹੀ ਹੈ, ਚਲੋ ਭਾਈ। ਫਿਰ ਤੁਹਾਨੂੰ ਮੈਂ ਕਿਹੜੀ ਗੱਲ ਦੱਸਦਾ, ਸ਼੍ਰੀ ਸਾਹਿਬ ਮੇਰੇ ਉੱਪਰ ਦੀ ਪਾਈ ਸੀ, ਅਤੇ ਦੂਸਰੇ ਪੱਖ 'ਤੇ ਜਦੋਂ ਅਸੀਂ ਮੁੜੇ ਤਾਂ ਉੱਥੇ ਪਹਿਲਾਂ ਰਵਿਦਾਸੀਆਂ ਦੇ ਘਰ ਵੱਖਰੇ ਰਿਆਸਤ ਨਾਭਾ 'ਚ ਹੁੰਦੇ, ਉੱਥੇ ਜਦੋਂ ਗਾਹਾਂ ਗਏ ਮੈਂਗਲੀ ਸੀ ਮਾਣਕੀ ਦਾ, ਉਹਨੇ ਦੇਖਿਆ ਵੀ ਇਹ ਕਿਹੜੇ ਹੁਣ ਡਰਦੇ ਮੁੜੇ ਨੇ, ਇਹਨਾਂ ਦੇ ਗਧਿਆਂ 'ਤੇ ਸਮਾਨ ਹੈ, ਕਿਹੜਾ ਆਹ ਕਿਰਪਾਨ ਵਾਲਾ ਸਿੱਖ ਹੈ, ਇਹ ਬਨੋਟੀ ਸਿੱਖ ਹੈ, ਵੀ ਪਹਿਲਾਂ ਤਾਂ ਇਹਨੂੰ ਮਾਰਦਾ ਮੈਂ, ਫਿਰ ਦੂਜਿਆਂ ਨੂੰ ਮਾਰੂੰ, ਫਿਰ ਲੁੱਟੂੰਗਾ। ਉਹਦੇ 'ਚ ਜਦੋਂ ਆਵੇ ਉਹ ਮੈਂਗਲੀ ਮੈਂਗਲੀ ਕਰਕੇ ਮਾਣਕੀ ਦਾ ਸੀ, ਅਤੇ ਜਿਸ ਵੇਲੇ ਉਹ ਦੱਬਣ ਲੱਗਿਆ ਘੋੜਾ, ਉਹਦੇ ਦੱਸਣ ਦੀ ਗੱਲ ਹੈ ਇਹ, ਉਹਦੀ ਮਨ 'ਚ ਆ ਗਿਆ ਕਿਤੇ ਸਿੱਖ ਹੀ ਨਾ ਹੋਵੇ। ਫਿਰ ਉਹ ਫਸਲਾਂ ਵਿੱਚ ਦੀ, ਅਸੀਂ ਰਸਤੇ ਵਿੱਚ, ਤੁਸੀਂ ਦੇਖ ਲਓ 1 ਕਿਲੋਮੀਟਰ ਹੈ ਫਰਵਾਲੀ ਤੋਂ ਬਈਆਲਾ। ਅਤੇ ਅਸੀਂ ਕਿਹਾ ਵੀ ਮੈਂ ਜਦੋਂ ਉਹਨੇ ਕੌਣ ਹੈ ਤੁਸੀਂ, ਅਤੇ ਮੇਰੇ ਮੂੰਹੋਂ ਇੱਕ ਗੱਲ ਨਿਕਲ ਗਈ, ਮੈਂ ਆਪਣੇ ਲਾਣਾ ਹੈ। ਇੰਨੀ ਗੱਲ ਕਹੀ ਉਹ ਗਾਹਾਂ ਭਾਈ, ਫਿਰ ਉਹ ਗਧਿਆਂ ਦੇ ਮਗਰ ਉਹ ਮੁਸਲਮਾਨ ਸੀ ਸੁਲੇਮਾਨ, ਅਤੇ ਉਹ ਤਾਈ ਆਸੋ, ਅਤੇ ਦੂਸਰੇ ਪੱਖ 'ਤੇ ਅਸੀਂ ਜਦੋਂ ਗਾਹਾਂ ਗਏ
ਗਾਹਾਂ ਉਹ ਫਸਲਾਂ ਵਿੱਚ ਦੀ ਜਾਵੇ ਹੌਲੀ ਹੌਲੀ, ਅਤੇ ਦੂਸਰੇ ਪੱਖ 'ਤੇ ਅਸੀਂ ਜਾਂਦੇ ਹੈਗੇ ਇਸੇ ਰਸਤੇ ਵਿੱਚ ਦੀ। ਗਾਹਾਂ ਜਦੋਂ ਗਏ ਭਾਈ ਮੂਲਾ ਆਉਂਦਾ ਗਰਾਊਂਡ ਆਉਂਦਾ, ਉਦੋਂ ਗਾਹਾਂ ਲੰਘੇ ਅਤੇ ਉਹ ਕਹਿੰਦਾ ਵਾ ਕੌਣ ਤੁਸੀਂ, ਫਿਰ ਗੜਕ ਕੇ ਬੋਲਿਆ ਅਤੇ ਫਿਰ ਉਹ ਮੇਰੇ ਮੂੰਹ ਹੋਏ ਹੋਏ ਨੇ ਵੀ ਆਪਣਾ ਲਾਣਾ ਹੈ, ਅਤੇ ਜੇ ਇੰਨੀ ਗੱਲ ਕਹੀ ਅਸੀਂ ਵੀ ਡਰ ਗਏ ਵੀ ਕਿ ਇਹ ਕੀ ਗੱਲ ਹੈ ਵੀ ਦੁਬਾਰਾ ਭਾਈ। ਫਿਰ ਉਹ ਖੂੰਜੇ 'ਤੇ ਸਰਵਣ ਸਿੰਘ ਦਾ ਘਰ ਸੀ, ਉੱਥੇ ਜਦੋਂ ਅਸੀਂ ਆਏ ਤਾਂ ਉਹਨੇ ਕੀ ਕੀਤਾ, ਹੁਣ ਪਿੰਡਾਂ ਦੇ ਇੱਕ ਦੂਜੇ ਨੂੰ ਨੇੜੇ ਜਾਣਦੇ ਹੁੰਦੇ ਨੇ, ਮਾਨਕੀ ਦੇ ਸੰਦੌੜ ਦਾ ਫਰਵਾਲੀ ਦਾ ਬਾਹਲਾ ਫਰਕ ਨਹੀਂ। ਉਹਨੇ ਝੱਟ ਉਹ ਸਰਵਣ ਸਿੰਘ ਨੂੰ ਕਹਿੰਦਾ ਵੀ ਉਰਿਆ, ਕਹਿੰਦਾ ਮੈਨੂੰ ਇਹ ਦੱਸ ਆ ਕਹਿੰਦਾ ਗਧਿਆਂ ਦੇ ਮਗਰ ਕਿਹੜਾ ਕਿਰਪਾਨ ਪਾਈ ਹੈ, ਕੌਣ ਹੈ ਇਹ? ਉਹ ਕਹਿੰਦਾ ਇਹ ਸਰਦਾਰ ਇੰਦਰ ਸਿੰਘ ਦਾ ਲੜਕਾ। ਓਹੋ, ਉਹ ਕਹਿੰਦਾ ਮੈਂ 2-3 ਵਾਰੀ ਘੋੜਾ ਦੱਬਣ ਲੱਗਿਆ ਵੀ ਪਹਿਲਾਂ ਇਹਨੂੰ ਮਾਰਾਂ ਫਿਰ ਦੂਜਿਆਂ ਨੂੰ ਮਾਰੂੰ ਅਤੇ ਮਾਰ ਕੇ ਫਿਰ ਲੁੱਟੂ। ਕਹਿੰਦਾ ਸ਼ੁਕਰ ਹੈ ਵੀ ਬਚ ਗਿਆ ਇਹ। ਅਤੇ ਦੂਸਰੇ ਪੱਖ 'ਤੇ ਇੰਨੀ ਗੱਲ ਕਹੀ ਜਦੋਂ, ਅਤੇ ਕਹਿੰਦਾ ਮੈਂ ਤਾਂ ਕਿਹਾ ਵੀ ਬਨਾਉਟੀ ਸਿੱਖ ਹੈ ਇਹ, ਫਿਰ ਮਨ 'ਚ ਆ ਜਾਵੇ ਕਿਤੇ ਸਿੱਖ ਹੀ ਨਾ ਹੋਵੇ। ਇਸ ਤਰ੍ਹਾਂ ਉਹ ਫਸਲਾਂ 'ਚ ਆਇਆ 1 ਮੀਲ, ਅਸੀਂ ਰਸਤੇ 'ਚ ਆਏ ਖੂੰਜੇ 'ਤੇ ਆ ਕੇ ਉਹਨੇ ਸਰਵਣੇ ਸਿੰਘ ਨਾਲ ਗੱਲ ਕਰੀ ਕਿ ਇਹਦਾ ਘਰ ਖੂੰਜੇ 'ਤੇ ਸੀ, ਅਸੀਂ ਬਾਹਰਲੇ ਘਰ ਆਏ ਹਾਂ, ਅਤੇ ਉਹ ਭੱਜੇ ਗਿਆ ਅੰਦਰਲੇ ਘਰ ਸਾਡੇ। ਉੱਥੇ ਮੇਰੇ ਬੇਬੇ ਜੀ ਅਤੇ ਬਾਪੂ ਜੀ ਨੂੰ ਕਹਿਣ ਲੱਗਿਆ, ਕਹਿੰਦਾ ਸ਼ੁਕਰ ਹੈ, ਕਹਿੰਦਾ ਤੁਹਾਡਾ ਮੁੰਡਾ ਅੱਜ ਬਚ ਗਿਆ, ਘਮਾਰਾਂ ਨੂੰ ਬਚਾਉਂਦਾ ਬਚਾਉਂਦਾ, ਵੀ ਨਹੀਂ ਆਪ ਹੀ ਮਾਰ ਦੇਣਾ ਸੀ ਵੀ ਐਂ ਗੱਲ ਹੋਈ ਹੈ। ਉਹ ਬੇਬੇ ਜੀ ਅਤੇ ਬਾਪੂ ਜੀ ਭੱਜੇ ਹੀ ਆਏ, ਕਹਿੰਦੇ ਲੋਕ ਤਾਂ ਲੁੱਟਦੇ ਨੇ ਮਾਰਦੇ ਨੇ, ਇੱਕ ਆਪਣਾ ਵੀਲੇ ਮਰ ਗਿਆ ਅੱਗੇ, ਵੀ ਇਹੋ ਜਿਹਾ ਖਬਰਦਾਰ ਹੁਣ ਤੈਨੂੰ ਅਸੀਂ ਘਰੋਂ ਨਹੀਂ ਨਿਕਲ ਦੇਣਾ। ਇਹ ਸਾਰੀ ਸ਼੍ਰੀ ਸਾਹਿਬ ਦੀ ਬਖਸ਼ਿਸ਼ ਹੈ, ਵੀ ਜੇ ਅੰਮ੍ਰਿਤ ਛਕਿਆ ਹੋਇਆ ਸੀ ਸ਼੍ਰੀ ਸਾਹਿਬ ਨੇ ਇਹ ਬਖਸ਼ ਕੀਤੀ ਵੀ ਉਹ ਮਹਿੰਗਲੀ ਤੋਂ ਬਚਾ ਕਰਿਆ, ਹੁਣ ਤਾਂ ਵੀ ਉਹ ਘੁਮਾਰਾਂ ਦਾ। ਬਾਕੀ ਤਾਂ ਸਾਡੇ ਪਿੰਡ ਦੇ ਲੋਕ ਬੜੇ ਚੰਗੇ ਸੀ, ਉਹਨਾਂ ਨੇ ਸਾਰੇ ਪਿੰਡ ਦੇ 10-15 ਮੁਸਲਮਾਨਾਂ ਦੇ ਘਰ ਸੀ, ਉਹਨਾਂ ਨੂੰ ਦਿਨੇ ਹੀ ਪਹਿਲਾਂ ਛੱਡਿਆ ਇਸੇ ਗੱਡਿਆਂ 'ਤੇ ਸਮਾਨ ਪਾ ਕੇ। ਸਾਡੇ ਕੋਲ ਕਲਿਆਣ ਹੈ, ਉੱਥੇ ਮੈਂ 9 ਸਾਲ ਪੜ੍ਹਾਇਆ, ਉੱਥੇ 300 ਬੰਦਾ ਮਾਰਿਆ ਉਹਨਾਂ ਨੇ, ਮੋਰਚੇ ਮਾਰ ਕੇ ਕਰੇ ਸੀ। ਆ ਤੁਹਾਨੂੰ ਸ਼੍ਰੀ ਸਾਹਿਬ ਦੀ ਬਖਸ਼ਿਸ਼ ਕਰਨਾ, ਵੀ ਨਹੀਂ ਤਾਂ ਉਹ ਘੁਮਾਰ ਹੁਣ ਉਹਨਾਂ ਕੋਲ ਜ਼ਮੀਨ 100-200 ਵੀ ਗਿਆ, ਬੜੇ ਮਿਹਨਤੀ ਨੇ, ਉਹ ਇਕੱਲਾ ਘਰ ਵੱਸ ਰਿਹਾ ਇਸ ਵੇਲੇ। ਅਤੇ ਇੱਧਰ ਗੁਰੂ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਨੇ, ਤੁਸੀਂ ਦੇਖ ਲਓ, 4 ਭਚੰਗੀ ਨੇ, ਫਿਰ ਅਗਾਂਹ ਪੋਤੇ ਪੋਤਰੀਆਂ, ਅਤੇ ਬਾਕੀ 2-3 ਲੜਕੀਆਂ ਨੇ ਜਿਹੜੇ ਉਹਨਾਂ ਕੋਲ ਵੀ ਪੜਦੋਤੇ ਨੇ, ਮਤਲਬ ਹੈ 5 ਪੜਦੋਤੇ ਨੇ ਇਸ ਵੇਲੇ। ਇਹ ਸਾਰੀ ਬਖਸ਼ਿਸ਼ ਸ਼੍ਰੀ ਸਾਹਿਬ ਦੀ ਹੈ, ਜੇ ਸ਼੍ਰੀ ਸਾਹਿਬ ਪਾਈ ਸੀ, ਨਹੀਂ ਤਾਂ ਉਹਨਾਂ ਨੇ ਇਹ ਸੀ ਵੀ ਇੱਕ ਮਾਰਨੇ ਇਹ ਮਾਰਨੇ ਆ, ਉਹਦੇ ਮਨ 'ਚ ਆਵੇ ਕਿਤੇ ਵੀ ਇਹ ਸ਼੍ਰੀ ਸਾਹਿਬ ਵਾਲਾ ਸਿੱਖ ਹੀ ਨਾ ਹੋਵੇ। ਕਹਿੰਦਾ ਜਦੋਂ ਮੈਂ ਘੋੜਾ ਦੱਬਣ ਲੱਗਾ ਤਾਂ ਉਹਦੀ ਮਨ 'ਚ ਆਵੇ ਸਿੱਖ ਨਾ ਹੋਵੇ, ਪਹਿਲਾਂ ਫਿਰ ਇਹ ਮਨ 'ਚ ਆਵੇ ਵੀ ਇਹ ਬਨੌਟੀ ਸਿੱਖ ਹੈ, ਕਿਹੜਾ ਗਧਿਆਂ ਦੇ ਮਗਰ ਲੱਗਿਆ, ਕਿਉਂ ਘੁਮਾਰ ਲੋਕ ਨੇ ਜਿਹੜੇ ਭਾਈ ਉਹ ਗਧਿਆਂ ਦੇ ਮਗਰ ਗਧੇ ਉਹਨੂੰ ਰੱਖਦੇ ਹੁੰਦੇ। ਇਸ ਤਰ੍ਹਾਂ ਦਾ ਹੈਗਾ, ਤੁਹਾਨੂੰ ਮੈਂ ਸ਼੍ਰੀ ਸਾਹਿਬ ਦੀ ਬਖਸ਼ ਇੱਕ ਜਿਹੜੀ ਮੇਰੇ ਨਾਲ ਬੀਤੀ ਆ ਉਹ ਸੁਣਾਈ ਜਾਏ। ਡਹਾ ਕਹਿੰਦੇ ਸੀ ਵੀ ਤੇ ਸੂਏ ਤੇ ਤੁਸੀਂ ਕਿਹਾ। ਹਾਂ, ਇੱਕ ਗੱਲ ਹੋਰ ਸੁਣ ਲਓ, ਉਹ ਇਹ ਹੈ ਦਸੌਂਦਾ ਸਿਉਂ ਮੈਂ ਛਾਪੇ ਜਦੋਂ ਪੜ੍ਹਾਉਂਦਾ ਸੀ, ਸੈਂਟ ਇੰਚਾਰਜ ਸੀ ਉੱਥੇ ਦਸੌਂਦਾ ਸਿਉਂ ਦਾ, ਦਸੌਂਦਾ ਸਿਉਂ ਵਾਲੇ ਹਰਦੇਵ ਸਿਉਂ ਧਨੌਲੇ ਦਾ ਟੀਚਰ ਸੀ, ਅਤੇ ਉਹਨੇ ਕੀ ਕੀਤਾ, ਅਸੀਂ ਭਾਈ 5 ਗ੍ਰਾਈਏ 4th ਦਾ ਸੈਂਟਰ ਦਾ ਇਮਤਿਹਾਨ ਸੀ, ਉੱਥੇ ਗਏ ਇਮਤਿਹਾਨ ਦਵਾਉਣ। ਜਦੋਂ ਉੱਥੇ ਗਏ, ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਿਨਾਂ ਵਿੱਚ ਭਾਈ ਜਾਂ ਤਾਂ ਖੂਹੀਆਂ ਹੁੰਦੀਆਂ ਜਾਂ ਨਲਕੇ ਹੁੰਦੇ, ਅਤੇ ਹੁਣ ਤਾਂ ਅਤੇ ਮੈਂ ਉਹ ਖੂਹੀ 'ਤੇ ਬੱਚਿਆਂ ਨੂੰ ਕਹਿ ਤਾ ਵੀ ਹਲਟੀ ਗੇੜੋ, ਮੈਂ ਪਾਣੀ ਪੀਣਾ। ਮੈਂ ਭਾਈ ਉੱਥੇ ਬੋਕ ਨਾਲ ਆਪਦੇ ਬੋਕ ਨਾਲ ਪਾਣੀ ਪੀਣ ਲੱਗ ਗਿਆ, ਜਿਹੜੇ ਮੇਰੇ ਸਟੂਡੈਂਟਸ ਦੇ ਬੱਚੇ ਗੁਰੂ ਦੀ ਕਿਰਪਾ ਦੇ ਨਾਲ, ਉਹਨਾਂ ਨੂੰ ਉਹ ਦਸੌਂਦਾ ਸਿੰਘ ਹਰਦੇਵ ਸਿੰਘ ਦਰਗੀਆਂ ਦਾ ਮੁੰਡਾ ਸੀ ਟੀਚਰ, ਉਹ ਕਹਿੰਦਾ ਤੁਹਾਡੇ ਮਾਸਟਰ ਜੀ ਦੇ ਤਾਂ ਡਹਾ ਪਾਇਆ ਹੋਇਆ, ਕਿਉਂ ਸ਼੍ਰੀ ਸਾਹਿਬ ਭਾਈ ਕਈ ਵਾਰੀ ਮੈਂ ਉੱਪਰ ਦੀ ਬਜਾਏ ਕਮੀਜ਼ ਦੇ ਥੱਲੇ ਪਾ ਲੈਂਦਾ ਸੀ। ਜਦੋਂ ਇੰਨੀ ਗੱਲ ਕਹੀ ਤਾਂ ਵੀ ਤੁਹਾਡੇ ਮਾਸਟਰ ਦੇ ਡਹਾ ਪਾਇਆ ਹੈ, ਜਦੋਂ ਇੰਨੀ ਗੱਲ ਕਹੀ ਤਾਂ ਉਹ ਬੱਚਿਆਂ ਨੇ ਉੱਥੇ ਤਾਂ ਮੈਨੂੰ ਦੱਸਿਆ ਨਾ। ਜਦੋਂ ਫਿਰ ਛਾ ਕੇ ਸਕੂਲ ਵਿੱਚ ਆ ਗਏ, ਦੂਜੇ ਦਿਨ ਉਹ ਗੁਰਮੇਲ ਕੌਰ ਲੜਕੀ ਹੁਣ ਅੰਮ੍ਰਿਤਧਾਰੀ ਬਣ ਗਿਆ, ਚੜ੍ਹਦੀ ਕਲਾ, ਉਹ ਕਾਲਸੀ ਵਿਆਹੀ ਹੋਈ ਹੈ, ਉਹ ਕਹਿੰਦੇ ਜੀ ਮਾਸਟਰ ਜੀ ਹਰਦੇਵ ਸਿੰਘ ਵੀ ਕਹਿੰਦੇ ਸੀ ਵੀ ਤੁਹਾਡੇ ਮਾਸਟਰ ਜੀ ਦੀ ਡਾਹਾ, ਤੁਹਾਨੂੰ ਪਤਾ ਕੀ ਹੁੰਦਾ ਡਾਹਾ? ਇਹ ਹੁੰਦਾ ਵੀ ਕਿਹੜੇ ਡੰਗਰ ਹੁੰਦੇ ਨੇ ਉਹਨਾਂ ਦੇ ਡਾਹਾ ਪਾਉਂਦੇ ਸੀ ਵੀ ਬਾਹਲਾ ਭੱਜ ਕੇ ਦੂਰ ਨਾ ਜਾਵੇ, ਸੰਭਾਲ ਕਰੀਏ ਇਸ ਤਰ੍ਹਾਂ ਦਾ। ਜਦੋਂ ਇੰਨੀ ਗੱਲ ਕਹੀ ਉਹਨਾਂ ਨੇ, ਮਹਾਂ ਭਾਈ ਤੁਸੀਂ ਮੈਨੂੰ ਉੱਥੇ ਹੀ ਦੱਸਣਾ ਸੀ ਉੱਥੇ। ਫਿਰ ਮੈਂ ਉਹਨੂੰ ਸਾਰਿਆਂ ਟੀਚਰਾਂ 'ਚ ਮਤਲਬ ਪੁੱਛਦਾ ਵੀ ਇਹ ਡਾਹਾ ਤੈਨੂੰ ਦੱਸਾਂ, ਅਤੇ ਕਹਿੰਦੇ ਮੈਂ ਚਲੋ ਕੋਈ ਨਾ, ਕੁਦਰਤ ਨੇ ਪਾਈ ਐਸੀ ਖੇਡ ਕਰੀ। ਉਹਦਾ ਪਿੰਡ ਧਨੌਲਾ ਸੀ, ਅਤੇ ਮੈਂ ਬਰਨਾਲਿਓਂ ਪੇ ਲੈ ਕੇ ਆਏ ਆਪਦਾ, ਸਾਡੇ ਉਦੋਂ ਛਾਪਾ ਬਰਨਾਲੇ ਤਹਿਸੀਲ ਜ਼ਿਲ੍ਹੇ ਵਿੱਚ ਸੀ, ਉੱਥੋਂ ਆਉਂਦਾ ਸੀ। ਕੁਦਰਤ ਨੇ ਮੇਲ ਐਸਾ ਕਰਿਆ ਵਧੀਆ, ਵਜੀਦ ਕਿਆਂ ਅਤੇ ਉਹ ਵਿਚਾਲੇ ਰੇਤਾ ਆਉਂਦਾ ਹੈ, ਉਹ ਆਪਦੇ ਪਿੰਡ ਨੂੰ ਜਾਂਦਾ ਸੀ, ਦੂਜੇ ਪਾਸੇ ਗੱਡੇ ਦੀ ਲੀਹ ਵਿੱਚ ਆਉਂਦਾ ਸੀ। ਮੈਂ ਉਹ
ਸਾਈਕਲ 'ਤੇ ਉੱਧਰ ਨੂੰ ਆਪਦੇ ਪਿੰਡ ਨੂੰ ਆਉਂਦਾ ਸੀ, ਉੱਧਰੋਂ ਹਰਦੇਵ ਸਿੰਘ ਆ ਗਿਆ ਉਹ ਡਹੇ ਵਾਲਾ। ਜਦੋਂ ਉਹਨੇ ਇੰਨੀ ਗੱਲ ਮੇਰੇ ਉਹਦੀ ਯਾਦ ਆ ਗਈ, ਮੈਂ ਉਹਨੂੰ ਉੱਥੇ ਖੜ੍ਹਾ ਕਰ ਲਿਆ, ਮਹਾਂ ਇੱਥੇ ਹਰਦੇਵ ਇੱਥੇ ਹੀ ਖੜ੍ਹ ਜਾ। ਜਦੋਂ ਉੱਥੇ ਖੜ੍ਹ ਗਿਆ ਅਤੇ ਮੈਂ ਸ਼੍ਰੀ ਸਾਹਿਬ ਪਾਈ ਹੋਈ ਸੀ, ਉਹ ਮੈਂ ਸ਼੍ਰੀ ਸਾਹਿਬ ਗੁਰੂ ਦੀ ਕਿਰਪਾ ਨਾਲ, ਉਦੋਂ ਭਾਈ ਫਾਰਸੀ ਉਰਦੂ ਪੜ੍ਹਦੇ ਹੁੰਦੇ, ਇਹਦੇ ਨਾਲ ਆਪਣੀਆਂ ਕਲਮਾਂ ਵੀ ਘੜੀਆਂ ਸੀ, ਗੁਰੂ ਦੀ ਕਿਰਪਾ ਦੇ ਨਾਲ ਹਥਿਆਰ ਦਿੱਤਾ ਸੱਚੇ ਪਾਤਸ਼ਾਹ ਨੇ ਸਾਨੂੰ। ਮੈਂ ਸ਼੍ਰੀ ਸਾਹਿਬ ਲਈ ਕੱਢ, ਮੈਂ ਕਿਹਾ ਤੂੰ ਭਾਈ ਮੇਰੇ ਬੱਚਿਆਂ ਨੂੰ ਸਟੂਡੈਂਟ ਨੂੰ ਇਹ ਕਹਿੰਦਾ ਸੀ ਮਾਸਟਰ ਜੀ ਡਹਾ ਪਾਇਆ, ਜੇ ਤਾਂ ਆਪਦੀ ਹੁਣ ਤੇਰੇ 'ਚ ਬਹਾਦਰੀ ਆ ਨਾ, ਇੱਕ ਵਾਰੀ ਡਹਾ ਕਹਿ, ਤੂੰ ਮੈਨੂੰ 10 ਗਾਲਾਂ ਕੱਢ ਦਿੰਦਾ, ਮੈਨੂੰ ਤਕਲੀਫ ਹੋਣੀ ਸੀ, ਇਹ ਕਿਹੜੀ ਸ਼੍ਰੀ ਸਾਹਿਬ ਦਸ਼ਮੇਸ਼ ਪਿਤਾ ਜੀ ਨੇ ਬਖਸ਼ਿਸ਼ ਕੀਤੀ ਹੈ, ਅਤੇ ਬਾਕੀ ਤੂੰ ਇਸ ਨੂੰ ਡਹਾ ਕਿਹਾ ਕਿਹੜਾ, ਹੁਣ ਪਿਓ ਦਾ ਜੇ ਪੁੱਤ ਹੈ ਇੱਕ ਵਾਰੀ ਕਹਿ ਤੈਨੂੰ ਮੈਂ ਦੱਸਾਂ ਡਹਾ। ਹੁਣ ਉਹ ਦੂਜਾ ਸੀ ਕੰਬਣ ਲੱਗ ਗਿਆ, ਜਦੋਂ ਕੰਬਣ ਲੱਗ ਗਿਆ ਉਸ ਤਰ੍ਹਾਂ ਦਾ, ਫਿਰ ਕਹਿੰਦਾ ਜੀ ਮੈਨੂੰ ਮੁਆਫ਼ ਕਰ ਦਿਓ। ਮੈਂ ਗਾਹਾਂ ਨੂੰ ਨਾ ਇਸ ਤਰ੍ਹਾਂ ਕਰੀ, ਜਾ ਚੱਲਿਆ ਜਾ, ਹੁਣ ਤੈਨੂੰ ਮੁਆਫ਼ ਕਰ ਦਿੰਦੇ ਹਾਂ। ਅਤੇ ਇਹ ਗੁਰੂ ਦੀ ਕਿਰਪਾ ਨਾਲ ਭਾਈ ਇਸ ਤਰ੍ਹਾਂ ਦੀ ਬਖਸ਼ਿਸ਼ ਹੁੰਦੀ ਹੈ। ਫਿਰ ਉਦੋਂ ਬਾਅਦ ਮੈਂ ਉਹਨੂੰ ਕਿਹਾ ਹੁਣ ਮੈਂ ਤੈਨੂੰ ਇੱਕ ਗੱਲ ਹੋਰ ਵੀ ਕਹਿੰਦਾ, ਤੂੰ ਮਹਾ ਹਰਾਮ ਦੇ, ਕਿਉਂ ਜਦੋਂ ਮਹਾ ਤੇਰੇ ਸਕੂਲ ਨੂੰ ਅਸੀਂ ਸੈਂਟਰ ਚਾਰ ਸੀ, ਮੈਂ ਨਾਲੇ ADI ਸੀ, ਜਾ ਕੇ ਕਰਿਆ ਤਾਂ ਆਪਦੇ ਕਮਰੇ ਦੇ ਵਿੱਚ ਜਲ ਪਾਣੀ ਛਕਾਉਣ ਦੇ ਵਿੱਚ ਦੱਸਿਆ, ਆਪਦੇ ਪਿਤਾ ਜੀ ਦੀ ਫੋਟੋ ਦਿਖਾਈ ਉੱਥੇ ਵੀ, ਜਦੋਂ ਫੋਟੋ ਦਿਖਾਈ ਉਹਦੇ ਵਿੱਚ ਉਹ ਚੜ੍ਹਦੀ ਕਲਾ ਵਿੱਚ ਰਹਿਤ ਬਹਿਤ ਸੀ। ਜੇ ਮਹਾ ਤੂੰ ਉਹਨਾਂ ਦਾ ਪੁੱਤ ਹੁੰਦਾ ਫਿਰ ਤੂੰ ਇਹ ਗੱਲ ਸ਼੍ਰੀ ਸਾਹਿਬ ਨੂੰ ਇਹ ਕਹਿੰਦਾ? ਫਿਰ ਇੱਕੋ ਹੀ ਗੱਲ ਕਹੀ, ਕਹਿੰਦਾ ਜੀ ਮੈਨੂੰ ਆ ਬੁੱਕ 'ਚ ਵੀ, ਮੈਂ ਸਵਾ ਗੁਣ 'ਚ ਵੀ ਇਹ ਵਰਣਨ ਕੀਤਾ। ਫਿਰ ਮੈਂ ਕਿਹਾ ਗਾਹਾਂ ਨੂੰ ਨਾ ਕਹਿਮ ਕਰਨੀ, ਤੇਰਾ ਸੌਦਾ ਲਾ ਦੇਣਗੇ, ਅਤੇ ਚਲੋ। ਫਿਰ ਉਹਨੇ ਮੁਆਫ਼ੀ ਮੰਗੀ ਇਸ ਤਰ੍ਹਾਂ ਦੀ, ਮੈਂ ਤੁਹਾਨੂੰ ਦੱਸਦਾ। ਫਿਰ ਇੱਕ ਤੀਜੀ ਗੱਲ, ਮੈਂ ਫਰੀਦਕੋਟ ਨੂੰ ਜਾਂਦਾ ਸੀ, ਗੱਲ ਹੋਰ ਸੁਣ ਲਓ, ਹਰ ਥਾਂ ਵਰਤਦੀ ਹੈ। ਉਹ ਮੇਰੇ ਕਿਹੜੇ ਕਮਰੇ 'ਚ ਬੈਠੇ ਸੀ ਨਾ, ਕਮਰਾ ਆ ਗਿਆ ਮਤਲਬ ਹੈ ਕਿਹੜਾ, ਟ੍ਰੇਨ ਦਾ ਛੋਟਾ ਜਿਹਾ ਕਮਰਾ ਸੀ, ਉਹਦੇ 'ਚ ਇੱਕ ਸ਼ਰਾਰਤੀ ਜਿਹਾ ਸਮਾਗਮ ਮਤਲਬ ਹੁੰਦਾ ਸੀ, ਬੜਾ ਆਪਦੇ ਆਪ ਨੂੰ ਤਿੱਖਾ ਸਮਝਦਾ। ਉਹਨੇ ਮੇਰੇ ਸ਼੍ਰੀ ਸਾਹਿਬ ਦੇਖੀ, ਸ਼੍ਰੀ ਸਾਹਿਬ ਦੇਖ ਕੇ ਕੁਐਸਚਨ ਕਰਦਾ, ਕਹਿੰਦਾ ਇਹ ਗੱਲ ਹੈਗੀ ਹੈ, ਜੇ ਦਸ਼ਮੇਸ਼ ਪਿਤਾ ਜੀ ਹੁਣ ਹੁੰਦੇ ਤਾਂ ਕਿਹੜਾ ਇਹ ਸ਼੍ਰੀ ਸਾਹਿਬ ਦਿੱਤੀ ਆ, ਹੁਣ ਉੱਥੇ ਪਿਸਟਲ ਹੁੰਦਾ। ਇੰਨੀ ਗੱਲ ਕਹੀ, ਜਦੋਂ ਇੰਨੀ ਗੱਲ ਉਹਨੇ ਕਹੀ, ਮੈਂ ਉੱਥੋਂ ਮੁੱਲਾਪੁਰ ਤੋਂ ਚੜ੍ਹ ਕੇ ਫਰੀਦਕੋਟ ਨੂੰ ਜਾ ਰਿਹਾ ਸੀ ਟ੍ਰੇਨ ਵਿੱਚ, ਇਹ ਮੇਰੇ ਨਾਲ ਵਰਤੀ। ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਅਤੇ ਦੂਸਰੇ ਪੱਖ 'ਤੇ ਭਾਈ ਮੇਰੀ ਸ਼੍ਰੀ ਸਾਹਿਬ ਲਾਈ ਹੋਈ ਸੀ, ਲਵਾਈ ਹੋਈ ਸੀ, ਆ ਹੁਣ ਵੀ ਮੇਰੇ ਪਾਈ ਹੋਈ ਹੈ, ਇਹ ਇੰਨੀ ਤਿੱਖੀ ਹੈ ਪੂਰੀ ਲਵਾਈ ਹੋਈ ਹੈ, ਰਤਵਾਲ ਦੀ ਬਣੀ ਹੋਈ। ਜਿਸ ਵੇਲੇ ਇੰਨੀ ਗੱਲ ਕਹੀ, ਮੈਂ ਉਹਨਾਂ ਨੂੰ ਕਿਹਾ, ਮੈਂ ਤੁਸੀਂ ਮੇਰੀ ਆ ਸ਼੍ਰੀ ਸਾਹਿਬ ਦੇਖ ਕੇ ਕਹਿੰਦੇ ਹੋ, ਮੈਂ ਪਹਿਲੀ ਗੱਲ ਤਾਂ ਤੁਸੀਂ ਕਿਹੜੀ ਇਹ ਗੱਲ ਕਹਿੰਦੇ ਹੋ ਵੀ ਦਸ਼ਮੇਸ਼ ਪਿਤਾ ਜੀ ਹੁੰਦੇ, ਉਹ ਹੁਣ ਹਾਜ਼ਰ ਨਾਜ਼ਰ ਹੀ ਨੇ, ਕਿਤੇ ਗਏ ਨਹੀਂ, ਹਰ ਥਾਂ ਹਾਜ਼ਰ ਨਾਜ਼ ਨੇ, ਉਹ ਅਕਾਲ ਪੁਰਖ ਦਾ ਰੂਪ ਨੇ। ਅਤੇ ਬਾਕੀ ਦੂਸਰੇ, ਮੈਂ ਤੂੰ ਆਹ ਸ਼੍ਰੀ ਸਾਹਿਬ 'ਤੇ ਗੱਲ ਕਹੀ ਹੈ? ਕਹਿੰਦਾ ਹਾਂ ਹਾਂ। ਕਹਿੰਦਾ ਇਹ ਇਹ ਜੰਗਾਲ ਲੱਗੀ ਹੋਊ ਨਿਕਲਣੀ ਨਹੀਂ, ਮੇਰੀ ਲਵਾਈ ਹੋਈ ਸੀ। ਮੈਂ ਫਿਰ ਹਵਲੀ ਦੇ ਕੇ ਜਦੋਂ ਕੱਢੀ ਬਾਹਰ, ਉਹ ਦੂਜਿਆਂ ਨੂੰ ਮੈਂ ਸਾਰਿਆਂ ਨੂੰ ਕਿਹਾ, ਮੈਂ ਵੀ ਦੇਖੋ ਇਹ ਭਾਈ ਹੁਣ ਇੱਧਰ ਮੇਰੇ ਕੋਲ ਅੰਗੂਠਾ ਕਰ ਦੇਵੇ, ਜੇ ਤਾਂ ਮੈਂ ਪਹਿਲੀ ਗੱਲ ਲਾ ਤਾ ਫਿਰ ਤਾਂ ਤੁਸੀਂ ਮੈਨੂੰ ਬਹਾਦਰੀ ਦਿਓ, ਜੇ ਪਹਿਲੀ ਗੱਲ ਨਾ ਲਿਆ ਤਾਂ ਮੈਨੂੰ ਜਿਹੜੀ ਜੀ ਕਰਦਾ ਸਜ਼ਾ ਦੇ ਦਿਓ, ਇਹਨੇ ਸ਼੍ਰੀ ਸਾਹਿਬ ਵਾਸਤੇ ਕਿਹਾ। ਅਤੇ ਬਾਕੀ ਪਿਸਟਲ ਤਾਂ ਪਤਾ ਨਹੀਂ ਉਹਦੇ 'ਚ ਪਊ, ਇਹ ਹਰ ਵਕਤ ਹਥਿਆਰ ਹੈ। ਜਦੋਂ ਇੰਨੀ ਗੱਲ ਕਹੀ ਕੰਬਣ ਲੱਗ ਗਿਆ ਉਹਨੇ, ਜਦੋਂ ਮੈਂ ਕੱਢਣ ਲੱਗ ਗਿਆ, ਮੈਂ ਕਿਹਾ ਇਹ ਮੇਰੇ ਕੋਲ ਕਰੇ, ਮੈਂ ਹੁਣੇ ਇਹਦੀ ਅੰਗੂਠਾ ਸੈਕਿੰਡ 'ਚ ਲਾ ਦਿੰਦਾ, ਇਹ ਮੇਰੇ ਨਾਲ ਬੀਤੀ। ਫਿਰ ਮੁਆਫ਼ੀ ਮੰਗੀ, ਕਹਿੰਦਾ ਮੁਆਫ਼ ਕਰਨਾ ਜੀ, ਨਹੀਂ ਬਾਹਲਿਆਂ ਦੇ ਤਾਂ, ਮੈਨੂੰ ਬਾਹਲਿਆਂ ਦਾ ਨਹੀਂ ਪਤਾ ਤੇਰਾ। ਉਹਨੇ ਜਾਣੀ ਸ਼੍ਰੀ ਸਾਹਿਬ ਮੇਰੀ ਕਹਿ ਕੇ ਕਹਿੰਦਾ ਨਿਕਲਣੀ ਨਹੀਂ, ਜੰਗਾਲ ਇਹਨੂੰ ਲੱਗੀ ਹੋਊ, ਹੁਣ ਮੇਰੀ ਲਵਾਈ ਹੋਈ ਸੀ ਇੱਥੇ ਬੜੂੰਦੀ। ਇੱਕ ਵਾਰੀ ਉਹ ਗੱਡਾ ਪਾਸ ਹੋ ਗਿਆ, ਜੋਤ ਪਾਈ ਹੋਈ, ਉਹ ਦਿਆ ਸਿੰਘ ਜੀ ਦੀ ਮੈਂ ਗੱਲ ਤੁਹਾਨੂੰ ਕਰੀ ਹੈ, ਉਹਨੇ ਭੱਜ ਕੇ ਜਾ ਕੇ ਉਹ ਜੋਤ ਵੱਢਤੀ ਤਾਂ ਉਹ ਬਚਤ ਹੋ ਗਈ ਬੈਲਾਂ ਦੀ, ਉਹ ਨਿਕਲ ਗਿਆ, ਨਹੀਂ ਉਹ ਗੱਡੇ ਵਿੱਚ। ਇਸ ਤਰ੍ਹਾਂ ਬਹੁਤ ਕੁਝ ਆਇਆ ਬੁੱਕਲ ਦਾ, ਕਿਹੜਾ ਹਥਿਆਰ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹਰ ਵਕਤ। ਸੱਚੇ ਪਾਤਸ਼ਾਹ ਨੇ ਵੀ ਕਿਹੜੇ ਦੋ ਦੁਸ਼ਟ ਗਏ ਸੀ ਉੱਥੋਂ ਮਲੇਰਕੋਟਲੇ, ਤਾਂ ਤੁਹਾਨੂੰ ਪਤਾ ਹੀ ਹੈ। ਅਤੇ ਉਹ ਉੱਥੇ ਜਾ ਕੇ ਜਿਸ ਵੇਲੇ ਸੱਚੇ ਪਾਤਸ਼ਾਹ ਦੇ ਉਹ ਇੱਕ ਨੇ ਮਾਰਿਆ, ਅਤੇ ਸੱਚੇ ਪਾਤਸ਼ਾਹ ਨੇ ਉਹ ਸ਼੍ਰੀ ਸਾਹਿਬ ਕੋਲ ਸੀ ਉਦੋਂ ਹੀ ਸੋਧਤਾ, ਦੂਜਾ ਜਦੋਂ ਭੱਜਣ ਲੱਗ ਗਿਆ ਉਹ ਸਿੰਘਾਂ ਨੇ ਸੋਧਤਾ। ਫਿਰ ਉਹਨਾਂ ਦੀ ਖੇਡ ਵਰਤਣੀ ਸੀ, ਫਿਰ ਉਹਨਾਂ ਦੇ ਜ਼ਖਮ ਤੁਹਾਨੂੰ ਪਤਾ ਹੀ ਹੈ, ਬਹਾਦਰ ਸ਼ਾਹ ਨੇ ਭੇਜਿਆ, ਫਿਰ ਉਹ ਕਰਿਆ, ਫਿਰ ਉਦੋਂ ਬਾਅਦ ਉਹ ਨਿਸ਼ਾਨੇ ਦਾ ਹੋਇਆ, ਉਹ ਖੇਡ ਉਹ ਆਪਦੀ ਸੀ, ਉਹਨਾਂ ਨੇ ਜਦੋਂ ਜਾਣਾ ਸੀ। ਇਸ ਤਰ੍ਹਾਂ ਦਾ ਵੀ ਇਹ ਸ਼੍ਰੀ ਸਾਹਿਬ ਦੀ ਭਾਈ ਮੇਰੇ ਕੋਲ, ਇੱਕ ਵਾਰੀ ਮੈਂ ਕੁਮਾਰ ਹੱਡੀ ਨੂੰ ਜਾ ਰਿਹਾ ਸੀ, ਉਹ ਵੀ ਸੁਣ ਲਓ ਧਿਆਨ ਨਾਲ, ਤਾਂ ਇੱਕ ਮੈਨੂੰ ਭਾਈ ਕਹਿਣ ਲੱਗਿਆ, ਕਹਿੰਦਾ ਕਾਕਾ ਤੂੰ ਤਾਂ ਹਜੇ ਬੱਚਾ ਹੀ ਹੈ, ਤੂੰ ਹੁਣੇ ਕੀ ਇਹ ਮਤਲਬ ਹੈ ਵੀ ਇਹ ਆਹ ਕੀ ਬਣ ਗਿਆ ਤੂੰ? ਮੈਂ ਕਿਹਾ ਬੱਚੇ ਦਾ ਹਮ ਆਦਮੀ ਹੈ, ਇੱਕਦਮ ਹੀ ਪਤਾ ਕਿਹੜੇ ਵੇਲੇ ਹੁਕਮ ਆ ਜਾਣਾ। ਕਹਿੰਦਾ ਤੂੰ ਹੁਣੇ ਭਾਈ ਬਣਿਆ ਫਿਰਦਾ,
ਵੀ ਇਸ ਤਰ੍ਹਾਂ ਬਾਹਲੇ ਲੋਕ ਤਾਂ ਕਹਿੰਦੇ ਨੇ ਵੀ ਕਿਹੜੇ ਗ੍ਰੰਥੀ ਨੇ ਜਾਂ ਕਿਹੜੇ ਪ੍ਰਚਾਰਕ ਨੇ ਉਹੀ ਨੇ, ਇਹ ਨਹੀਂ ਪਤਾ ਵੀ ਇਹ ਤਾਂ ਹਰ ਇੱਕ ਸਿੱਖ ਦਾ ਜਿਹੜਾ ਕੋਈ ਅੰਮ੍ਰਿਤ ਛਕਦਾ ਉਹਨੂੰ ਸੱਚੇ ਪਾਤਸ਼ਾਹ ਭਾਈ ਹਥਿਆਰ ਬਖਸ਼ ਦਿੰਦੇ ਪੰਜ ਕਕਾਰਾਂ ਵਿੱਚੋਂ ਸ੍ਰੀ ਸਾਹਿਬ, ਇਸ ਤਰ੍ਹਾਂ ਦੀ ਹੈਗੀ ਹੈ। ਬਾਕੀ ਇੱਕ ਗੱਲ ਹੋਰ ਹੈ, ਸੱਚੇ ਪਾਤਸ਼ਾਹ ਨੇ ਹੁਣ ਕਿਹੜਾ ਤੁਸੀਂ ਇਹ ਧਿਆਨ ਹੈ ਕੇਸ ਕੀ, ਪੰਜਵਾਂ ਕਕਾਰ ਭਾਈ ਸੋਹਣੇ ਨੇ ਸਿੱਧ ਕੀਤਾ ਹੈ, ਕੇਸ ਨਹੀਂ, ਕੇਸ ਤਾਂ ਵਜਰ ਕਰਹਿਤਾਂ ਵਿੱਚ ਆ ਗਏ, ਚਾਰ ਵਜਰ ਕਰਹਿਤਾਂ ਨੇ ਕਿਹੜੀ ਕਿਹੜੀ ਕੇਸਾਂ ਦੀ ਸੰਭਾਲ ਲਈ ਕੇਸ ਕੀ ਹੈ, ਉਹ ਕੇਸ ਕੀ ਹੁਣ ਕਿਹੜੀ ਇੱਕ ਬੱਚੀ ਆਉਂਦੀ ਹੈ, ਉਹਦੀ ਰਹਿਤ ਵਹਿਤ ਠੀਕ ਹੈ, ਦਸਤਾਰਾ ਸਜਿਆ ਹੋਇਆ ਹੈ, ਕੇਸ ਕੀ ਸਜੀ ਹੋਈ ਹੈ, ਤਾਂ ਉਹਦੀ ਸਿਰ ਨਿਮ ਜਾਂਦੇ ਵੀ ਦਸ਼ਮੇਸ਼ ਪਿਤਾ ਦੀ ਬੱਚੀ ਆਉਂਦੀ ਹੈ। ਨਹੀਂ ਅੱਜ ਕੱਲ੍ਹ ਇੰਨੇ ਟੇਢੇ ਫੈਸ਼ਨ, ਉਹ ਸਾਨੂੰ ਨਹੀਂ ਪਤਾ ਵੀ ਹਿੰਦੂਆਂ ਦੀ ਲੜਕੀ ਹੈ ਜਾਂ ਮੁਸਲਮਾਨਾਂ ਦੀ ਕਿਹੜੀ ਹੈ। ਦੇਖੋ ਤੁਸੀਂ ਵੀ ਕਿਵੇਂ ਉਹ ਉਹਨਾਂ ਦੇ ਕੰਨਾਂ ਵਿੱਚ, ਹੁਣ ਪੰਥ ਦਾ ਹੁਕਮ ਹੈ ਨੱਕ ਕੰਨ ਛੇਦਣਾ ਵਿਵਰਜਤ ਹੈ, ਜਿਸ ਵੇਲੇ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦਿੰਦੇ ਨੇ ਉਦੋਂ ਵੀ ਹੈ ਵੀ ਉਹ ਇਹੋ ਜਿਹਾ ਕੁਝ ਊਰਾ ਫੁਰਾ ਕਰਦੇ ਨੇ, ਇਹ ਸਾਰਾ ਮਨ ਮਤ ਹੈ ਗੁਰੂ ਦੀ ਕਿਰਪਾ ਦੇ ਨਾਲ। ਭਾਈ ਜਿਹੜਾ ਕੋਈ ਰਹਿਤ ਬਹਿਤ, ਹੁਣ ਬਹੁਤ ਬੀਬੀਆਂ ਨੇ ਗੁਰੂ ਦੀ ਕਿਰਪਾ, ਉਹਨਾਂ 'ਤੇ ਕੇਸੀਆਂ ਸਜਾਈਆਂ ਨੇ। ਆਹ ਕਿਹੜੇ ਹੁਣ ਅਮਰੀਕਾ ਵਿੱਚ ਨੇ ਸਿੰਘ, ਗੁਰੂ ਦੀ ਕਿਰਪਾ ਨਾਲ ਉਹ ਗੋਰਿਆਂ ਦੇ ਘਰੋਂ ਸਜੇ ਹੋਏ ਨੇ, ਉਹਨਾਂ 'ਤੇ ਤੁਸੀਂ ਦੇਖੋ ਕਿਵੇਂ ਕੇਸੀਆਂ ਸਜੀਆਂ ਹੋਈਆਂ ਨੇ। ਹੋਰ ਵੀ ਬਹੁਤ ਨੇ, ਇਹੋ ਜਿਹੀ ਗੱਲ ਨਹੀਂ ਹੈਗੀ, ਪਰ ਕਿਹੜੇ ਦੂਜੇ ਫੈਸ਼ਨ ਨੇ ਉਹ ਫੈਸ਼ਨਾਂ 'ਚ ਰੋੜੇ ਜਾਂਦੇ ਨੇ। ਉਹ ਭਾਈ ਸੋਹਣੇ ਨੇ ਲਿਖਿਆ ਵੀ ਆਪਦੇ ਆਪਦੀ ਅੱਗੇ ਇਹਨਾਂ ਨੇ ਦੂਜੇ ਹਿੰਦੂਆਂ ਦੀਆਂ ਦੂਜਿਆਂ ਦੀਆਂ ਲੜਕੀਆਂ ਵੀ ਬਚਾ ਕੇ ਘਰੇ ਘਰ ਮੋੜਦੇ ਸੀ ਵੀ ਆਪ ਦਾ ਵੀ ਨਹੀਂ ਇਹ ਸੰਭਾਲ ਕਰ ਸਕਣਗੇ ਫੈਸ਼ਨ 'ਚ। ਉਹ ਦਿੱਲੀ ਕੀ ਹੋਇਆ 84 ਦੇ ਵਿੱਚ, ਹੋਰ ਬਹੁਤ ਥਾਂ ਇਹ ਸਾਰੇ ਭਾਈ ਜੇ ਰਹਿਤ ਬਹਿਤ 'ਚ ਕਿਹੜੇ ਸਿੰਘ ਨੇ ਉਹਨਾਂ ਵੱਲ ਕੋਈ ਭੈੜੀ ਨਜ਼ਰ ਵੀ ਨਹੀਂ ਦੇਖਦਾ, ਉਦੋਂ ਡਰ ਲੱਗਦਾ ਵੀ ਇਹ ਇਹਦੇ ਅੰਦਰ ਤੋਂ ਸਪਰੇਟ ਹੋਊ ਸੱਚ ਦੀ ਵੀ ਇਹਨੂੰ ਮੈਂ ਕੁਝ ਨਾ ਕਹਾਂ। ਹੁਣ ਜਿਨ੍ਹਾਂ ਦੇ ਭਾਈ ਟੇਢੇ ਬਿਢੇ ਫੈਸ਼ਨ ਅੱਖਾਂ ਤੋਂ ਮਤਲਬ ਹੋਰ ਇਸ ਤਰ੍ਹਾਂ ਕਰੇ ਹੋਏ ਨੇ, ਉਹ ਕਿਹੜੀ ਰਹਿਤ ਬਹਿਤ ਹੈ? ਅਤੇ ਇਹ ਤਾਂ ਹੈ ਵੀ ਬੀਬੀਆਂ ਅਤੇ ਸਿੰਘਾਂ ਨੂੰ ਇੱਕੋ ਹੀ ਦਿੱਤੀ ਹੈ, ਸਾਰਿਆਂ ਨੂੰ ਰਹਿਤ ਕਿਹੜੀ ਦੱਸੀ ਹੈ? ਜਾਂ ਕਿ ਰਹਿਤ ਨੇ ਜਾਣੀ ਹੈ ਗੁਰਬਾਣੀ ਨੇ ਰੀਤ ਤਾਂ ਕਿ ਭੋਜਨ ਖਾਏ ਕਿ ਵਿਸਰੇ ਹਰ ਕੀ ਪ੍ਰੀਤ, ਕਿਹੜੀ ਰਹਿਤ ਬਹਿਤ ਦਿੱਤੀ ਹੈ ਭਾਈ? ਉਹ ਕਕਾਰਾਂ ਦੇ ਵਿੱਚ ਕੇਸਾਂ ਦੀ ਸਾਰੇ ਕਕਾਰ ਸਜਾਉਣ ਵਾਲੇ ਬਾਹਰੋਂ ਨੇ, ਕੰਘਾ ਹੈ, ਕੜਾ ਹੈ, ਕਿਰਪਾਨ ਹੈ, ਕਸ਼ਹਿਰਾ, ਕੇਸ ਕੀ ਕੇਸਾਂ ਦੀ ਸੰਭਾਲ ਹੈ, ਸਿੱਧੀ ਗੱਲ ਹੈ। ਪਰ ਇਹ ਢਿਲਤਾਈ ਐਸੀ ਵਰਤੀ ਹੈ, ਪਤਾ ਲੱਗਿਆ ਵੀ ਉਹ ਕਿਹੜਾ ਗੁਰਮੁਖ ਸਿੰਘ ਸੀ ਆਪਣੇ ਅਕਾਲ ਤਖ਼ਤ ਦਾ ਜਥੇਦਾਰ, ਉਹਦੇ ਘਰੋਂ ਢਿੱਲੀ ਸੀ, ਉਹਨਾਂ ਨੇ ਢਿੱਲਤਾਈ ਵਰਤਾਤੀ। ਜੇ ਢਿੱਲਤਾਈ ਵਰਤਾਤੀ ਬਸ ਗਾਹਾਂ ਉਸ ਤਰ੍ਹਾਂ ਕੰਮ ਚੱਲ ਪੈਂਦਾ ਵੀ ਕਿਹੜੇ ਇਸ ਤਰ੍ਹਾਂ ਦਾ ਭਾਈ ਕਿਹੜੇ ਰਹਿਤ ਬਹਿਤ 'ਚ ਗੁਰੂ ਦੀ ਹਰ ਵਕਤ ਦਾ ਹਥਿਆਰ ਹੈ ਇਹ, ਕੋਲੇ ਹੈਗਾ ਅਤੇ ਚੜ੍ਹਦੀ ਕਲਾ ਨਾਲ ਅਗਲਾ ਇਸ ਤਰ੍ਹਾਂ ਦਾ। ਬੀਬੀਆਂ ਨੇ ਤਾਂ ਅਗਲੇ ਦਾ ਸਿਰ ਨਿਮ ਜਾਂਦਾ ਵੀ ਇਹ ਤਾਂ ਬੱਚੀ ਗੁਰਸਿੱਖ ਹੈ, ਚੜ੍ਹਦੀ ਕਲਾ। ਨਹੀਂ ਟੇਢੇ ਬਿਣਗੇ ਫੈਸ਼ਨ, ਹੋਰ ਊਟ ਪਟਾਂਗ ਰੁੜੀ ਜਾਂਦੀ ਹੈ ਦੁਨੀਆ, ਪਰ ਸੱਚੇ ਪਾਤਸ਼ਾਹ ਨੇ ਆਪਦੇ ਬੱਚਿਆਂ ਨੂੰ ਤਾਂ ਭਾਈ ਆਪਦੀ ਰਹਿਤ ਬਹਿਤ ਦਿੱਤੀ ਹੈ, ਚੜ੍ਹਦੀ ਕਲਾ ਦਿੱਤੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਸਾਰੇ ਵੀ ਜਿਹੜੇ ਹਾਂ ਗੁਰਸਿੱਖ ਬੱਚੇ ਬੱਚੀਆਂ ਰਹਿਤਵਾਨ ਚੜ੍ਹਦੀ ਕਲਾ ਵਿੱਚ ਪੰਜੀ ਕਕਾਰ ਬਾਹਰੋਂ ਧਾਰਨ ਵਾਲੇ ਨੇ, ਚਾਰੇ ਦੂਸਰੇ ਕਕਾਰ ਨੇ ਕਿਹੜੇ? ਇਹ ਵੀ ਹੈ ਕਕਾਰਾਂ ਵਿੱਚ ਭੁੱਲ ਵਖਸਾਉਂਦਾ, ਅਰਦਾਸ ਨਾਲ ਹੋ ਜਾਂਦਾ, ਜਿਹੜੇ ਵਜਰ ਕਰਹਿਤ ਹੁੰਦੀ ਹੈ ਉਹਦੇ ਨਾਲ ਫਿਰ ਅੰਮ੍ਰਿਤ ਛਕਣਾ ਪੈਂਦਾ ਵੀ ਇਸ ਤਰ੍ਹਾਂ ਦਾ ਕਰਕੇ ਜਿਹੜੀ ਇਹ ਹੈਗੀ ਹੈ ਵਜਰ ਕਰਹਿਤਾਂ ਵਿੱਚ ਕੇਸ ਆ ਗਏ, ਕੇਸਾਂ ਨੂੰ ਮੁੰਡਣਾ ਕਿਹੜਾ ਹੈਗਾ, ਅਤੇ ਬਾਕੀ ਕੇਸਾਂ ਦੀ ਸੰਭਾਲ ਲਈ ਕਕਾਰ ਹੈ ਇਸ ਤਰ੍ਹਾਂ ਦਾ।